ਅਸੀਂ ਗੱਲ ਕਰਾਂਗੇ ਸਲਾਖਾਂ ਦੀ, ਜੇਲ੍ਹਾਂ ਦੀ, ਜੋ ਕਿ ਲਗਾਤਾਰ ਸਵਾਲਾਂ ਦੇ ਵਿੱਚ ਨੇ। ਪੰਜਾਬ ਦੀਆਂ ਜੇਲ੍ਹਾਂ ਪਿਛਲੇ 2 ਸਾਲ ਦੀ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਅਜਿਹਾ ਬਹੁਤ ਕੁਝ ਹੋਇਆ। ਹਾਲਾਂਕਿ ਜੇਲ੍ਹਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਉਹ ਸਭ ਕੁਝ ਹੋ ਰਿਹਾ, ਪਰ ਜੇ ਪਿਛਲੇ 2-2.5 ਸਾਲ ਜਦੋਂ ਤੋਂ ਨਵੀਂ ਸਰਕਾਰ ਪੰਜਾਬ ਦੇ ਵਿੱਚ ਆਈ ਹੈ, ਕਿਹਾ ਗਿਆ ਕਿ ਜੇਲ੍ਹਾਂ ਨੂੰ ਹਾਈਟੈਕ ਕਰਾਂਗੇ। ਇਹ ਕਿਹਾ ਗਿਆ ਕਿ ਹਾਈਟੈਕ ਕਰਨ ਦੇ ਨਾਲ ਨਾਲ ਜਿਹੜੇ ਕੈਦੀ ਨੇ, ਜਿਨ੍ਹਾਂ ਦੀ ਸੰਖਿਆ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਹੈ, ਉਹਨੂੰ ਕਿਵੇਂ ਦਰੁਸਤ ਕੀਤਾ ਜਾਏਗਾ, ਉਸ ਸਮੱਸਿਆ ਨੂੰ ਕਿਵੇਂ ਦੂਰ ਕੀਤਾ ਜਾਏਗਾ, ਉਸ ਬਾਰੇ ਵੀ ਗੱਲਬਾਤ ਹੋਈ। ਗੱਲਬਾਤ ਇਹ ਵੀ ਹੋਈ ਕਿ ਸਹੂਲਤਾਂ ਕੀ ਕੁਛ ਉੱਥੇ ਦਿੱਤੀਆਂ ਜਾਣੀਆਂ ਨੇ, ਪਰ ਕੁਛ ਸਹੂਲਤਾਂ ਤਾਂ ਪਹਿਲਾਂ ਹੀ ਲੋਕੀ ਆਪ ਲੈ ਰਹੇ ਨੇ ਅੰਦਰ, ਉਹ ਕਿਵੇਂ ਲੈ ਰਹੇ ਨੇ, ਉਹ ਕੁਛ ਸਵਾਲ ਨੇ। ਕਿਉਂਕਿ ਕੱਲ੍ਹ ਦੇਰ ਰਾਤ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਜੋ ਕੁਛ ਹੋਇਆ, ਬਠਿੰਡੇ ਜੇਲ੍ਹ ਵਿੱਚ ਇੱਕ ਪਾਸੇ ਤੋਂ ਗੈਂਗ ਵਾਰ ਹੋਇਆ, ਅੱਜ ਤੋਂ 3 ਮਹੀਨਾ ਪਹਿਲਾਂ ਵੀ ਉਸ ਜੇਲ੍ਹ ਦੇ ਵਿੱਚ ਗੈਂਗ ਵਾਰ ਹੋਇਆ ਸੀ, ਜਿਸ ਤੋਂ ਬਾਅਦ ਲੁਧਿਆਣੇ ਘਟਨਾ ਵਾਪਰੀ, ਨਾਭਾ ਦੇ ਵਿੱਚ ਬਿੱਟੂ ਦਾ ਕਤਲ ਹੋ ਜਾਂਦਾ ਸੀ। ਇਸ ਕਰਕੇ ਕਹਿ ਰਹੇ ਕਿ ਪੰਜਾਬ ਦੀਆਂ ਜੇਲ੍ਹਾਂ ਸਵਾਲਾਂ ਦੇ ਵਿੱਚ ਨੇ ਜਾਂ ਰੱਬ ਭਰੋਸੇ ਨੇ। ਸੋ ਅੱਜ ਪੰਜਾਬ ਦੀਆਂ ਜੇਲ੍ਹਾਂ ਤੇ ਚਰਚਾ ਕਰਾਂਗੇ ਬਿਨਾਂ ਕਿਸੇ ਰਿਪੋਰਟ ਤੋਂ। ਕੁਝ ਸਵਾਲ, ਕੁਝ ਅੰਕੜੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ, ਉਸ ਤੋਂ ਬਾਅਦ ਸਿੱਧੇ ਚਰਚਾ ਤੇ ਚੱਲਾਂਗੇ ਕਿ ਆਖਿਰਕਾਰ ਪੰਜਾਬ ਦੀਆਂ ਜੇਲ੍ਹਾਂ ਸਵਾਲਾਂ ਦੇ ਘੇਰੇ ਵਿੱਚ ਕਿਉਂ ਨੇ। ਸੋ ਕੈਦੀਆਂ ਲਈ ਪਨਾਹਗਾਹ ਬਣ ਗਈਆਂ ਨੇ ਜੇਲ੍ਹਾਂ, ਕਿਉਂਕਿ ਕੈਦੀ ਜਿਹੜੇ ਨੇ ਉਹ ਕਈ ਵਾਰ ਸ਼ੈਲਟਰ ਦੇ ਤੌਰ ਤੇ ਵੀ ਇਸ ਨੂੰ ਇਸਤੇਮਾਲ ਕਰਦੇ ਨੇ। ਇਹ ਗੱਲ ਇੱਕ ਵਾਰੀ ਆਪ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਕਹਿ ਚੁੱਕੇ ਨੇ। ਨਾਭਾ ਜੇਲ੍ਹ ਚੋਂ ਗੈਂਗਸਟਰ ਵਿੱਕੀ ਗੌਂਡਰ ਗਾਇਬ ਹੋਇਆ ਸੀਗਾ, ਜਦੋਂ ਨਾਭਾ ਜੇਲ੍ਹ ਬ੍ਰੇਕ ਕਾਂਡ ਹੋਇਆ, ਗੌਂਡਰ ਦੇ ਸਾਥੀਆਂ ਨੇ ਫਾਇਰਿੰਗ ਕਰਕੇ ਉਸ ਨੂੰ ਛੁਡਾਇਆ। ਨਾਭਾ ਦੀ ਜੇਲ੍ਹ ਹਰ ਵਾਰ ਅਸੀਂ ਵੇਖਿਆ ਕਿ ਸਵਾਲਾਂ ਦੇ ਘੇਰੇ 'ਚ ਹੁੰਦੀ ਹੈ, ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਨੇ। ਇੱਕ ਬਰਗਾੜੀ ਕੇਸ ਦਾ ਜਿਹੜਾ ਇੱਕ ਅਹਿਮ ਗਵਾਹ ਬੇਅਦਬੀ ਕਾਂਡ ਦਾ, ਉਸਦਾ ਕਤਲ ਉੱਥੇ ਹੋ ਜਾਂਦਾ, ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ, ਇਸ ਕਰਕੇ ਹੋਰ ਸਵਾਲ ਵੱਟੇ ਹੋਏ। ਲੁਧਿਆਣੇ ਦੀ ਜੇਲ੍ਹ ਦੇ ਵਿੱਚ ਪਿਛਲੇ ਦਿਨੀ ਜੋ ਕੁਝ ਹੋਇਆ, ਕੈਦੀਆਂ ਤੇ ਮੁਲਾਜ਼ਮਾਂ ਦੇ ਵਿਚਕਾਰ ਝੜਪ ਹੋਈ, ਔਰ ਉਸ ਝੜਪ ਦੇ ਵਿੱਚ ਜੋ ਜਾਣਕਾਰੀ ਸੀ ਕਿ ਸ਼ਾਇਦ 2 ਕੈਦੀਆਂ ਦੀ ਮੌਤ ਵੀ ਹੋਈ ਸੀ, ਉਸ ਤੋਂ ਬਾਅਦ ਵੀ ਸਵਾਲ ਵੱਡੇ ਹੋਏ। ਗੋਲੀਆਂ ਲੱਗੀਆਂ ਸੀ ਕੈਦੀਆਂ ਨੂੰ ਆਪਸ ਵਿੱਚ, ਟਕਰਾਅ ਵਾਲੀ ਸਥਿਤੀ। ਪਿਛਲੇ ਦਿਨੀ ਗੈਂਗਸਟਰ ਰਹੇ ਲੱਖਾ ਸਿਦਾਨਾ ਨੇ ਖੁਲਾਸਾ ਕੀਤਾ ਸੀ ਕਿ ਇੱਕ ਮੈਨਿਊ ਕਾਰਡ ਲੈ ਕੇ ਕਿ ਜੇਲ੍ਹਾਂ ਦੇ ਵਿੱਚ ਹਰੇਕ ਚੀਜ਼ ਦਾ ਕੀ ਰੇਟ ਹੈ, ਮਿਲਦਾ ਸਭ ਕੁਝ ਹੈ, ਜੇ ਤੁਸੀਂ ਨਸ਼ਾ ਚਾਹੀਦਾ ਤੇ ਨਸ਼ਾ ਵੀ ਉੱਥੇ ਮਿਲਦਾ, ਯਾਨੀ ਕਿ ਹਰ ਇੱਕ ਸਹੂਲਤ ਦੀ ਚੀਜ਼ ਮਿਲਦੀ ਹੈ, ਬਸ ਉਹਦੇ ਪੈਸੇ ਥੋੜੇ ਜ਼ਿਆਦਾ ਦੇਣੇ ਪੈਂਦੇ ਨੇ। ਮੋਬਾਈਲ ਫੋਨ ਅਕਸਰ ਬਰਾਮਦ ਹੁੰਦੇ ਨੇ। ਇਹ ਕਿਹਾ ਗਿਆ ਕਿ ਉਹਨਾਂ ਜੇਲ੍ਹਾਂ ਨੂੰ ਹਾਈਟੈਕ ਕੀਤਾ ਜਾਏਗਾ, ਉਹਨਾਂ ਦੇ ਵਿੱਚ ਜੈਮਰ ਲਗਾਏ ਜਾਣਗੇ। ਇਨਫੈਕਟ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਮੋਟੀ ਰਕਮ ਅਦਾ ਕੀਤੀ ਕੇਂਦਰ ਨੂੰ, ਕੇਂਦਰੀ ਸੁਰੱਖਿਆ ਬਲਾਂ ਨੂੰ ਉੱਥੇ ਤੈਨਾਤ ਕਰਨ ਦੇ ਲਈ। ਉਹਦੀ ਲੋੜ ਕਿਉਂ ਪੈ ਗਈ? ਸੋ ਇਹਨਾਂ ਸਾਰੇ ਮਸਲਿਆਂ ਤੇ ਅੱਜ ਅਸੀਂ ਚਰਚਾ ਕਰਾਂਗੇ। ਕੁਝ ਸਵਾਲ ਨੇ, ਇੱਕ ਵਾਰੀ ਉਹਨਾਂ ਸਵਾਲਾਂ ਤੇ ਵੀ ਨਜ਼ਰ ਪਾ ਲੈਂਦੇ ਹਾਂ, ਕਿਉਂਕਿ ਮਸਲਾ ਬੇਹੱਦ ਗੰਭੀਰ ਹੈ। ਕਿਉਂ ਲਗਾਤਾਰ ਪੰਜਾਬ ਦੀਆਂ ਜੇਲ੍ਹਾਂ ਸਵਾਲਾਂ ਦੇ ਵਿੱਚ ਨੇ ਕਿ ਆਖਿਰਕਾਰ ਕਦੇ ਫੋਨ ਮਿਲਦੇ ਨੇ ਜਾਂ ਕਦੇ ਹੋਰ ਵੀ ਕਈ ਅਜਿਹੀ ਘਟਨਾ ਵਾਪਰਦੀ ਹੈ? ਜੇਲ੍ਹਾਂ ਦੀ ਸੁਰੱਖਿਆ ਆਖਿਰਕਾਰ ਰੱਬ ਭਰੋਸੇ ਕਿਉਂ ਹੈ? ਇੱਕ ਪਾਸੇ ਕੇਂਦਰੀ ਏਜੰਸੀਆਂ ਨੂੰ ਲਾਇਆ ਗਿਆ, ਪਰ ਇੱਕ ਪਾਸੇ ਅਸੀਂ ਕਹਿ ਸਕਦੇ ਹਾਂ ਕਿ ਜੇਲ੍ਹਾਂ ਦੀ ਸੁਰੱਖਿਆ ਰੱਬ ਭਰੋਸੇ ਹੀ ਹੈ। ਹਾਈਟੈਕ ਜੇਲ੍ਹਾਂ ਦਾ ਸਰਕਾਰ ਦਾ ਜਿਹੜਾ ਦਾਅਵਾ ਸੀ ਉਹ ਕਿੰਨਾ ਹੁਣ ਤੱਕ ਪੂਰਾ ਹੋਇਆ? ਦਾਅਵਾ ਸਰਕਾਰ ਵੱਲੋਂ ਕੀਤਾ ਗਿਆ ਕਿ ਜੇਲ੍ਹਾਂ ਨੂੰ ਹਾਈਟੈਕ ਕਰਾਂਗੇ, ਮੋਰਲ ਪੋਲਿਸੀ ਦੀ ਗੱਲ ਕੀਤੀ ਗਈ, ਉਹ ਕਿੱਥੇ ਹੈ? ਕਿਉਂ ਜੇਲ੍ਹਾਂ ਦੇ ਸੁਧਾਰ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ? ਜੇ ਦੇ ਰਹੀ ਹੈ ਤੇ ਉਹ ਹੋ ਕਿਉਂ ਨਹੀਂ ਰਿਹਾ? ਕਿਉਂ ਨਸ਼ੇ ਦਾ ਅੱਡਾ ਇਹ ਜੇਲ੍ਹਾਂ ਬਣਦੀਆਂ ਜਾ ਰਹੀਆਂ ਨੇ? ਜੇ ਪੂਰੇ ਪੰਜਾਬ ਦਾ ਇੱਕ ਡੇਟਾ ਕੱਢੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਡਰੱਗ ਕੰਜ਼ਿਊਮ ਹੁੰਦਾ ਉਹ ਜੇਲ੍ਹਾਂ ਦੇ ਵਿੱਚ ਹੁੰਦਾ, ਕਿਉਂ? ਉਹਦੇ ਪਿੱਛੇ ਦੀ ਵਜ੍ਹਾ ਕੀ ਕੁਛ ਹੈ? ਇਹਨਾਂ ਸਾਰੇ ਮਸਲਿਆਂ ਤੇ ਅੱਜ ਅਸੀਂ ਚਰਚਾ ਕਰਾਂਗੇ। 4 ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜੀ ਸਾਡੇ ਨਾਲ ਨੇ, ਬੀਜੇਪੀ ਤੋਂ ਹਰਜੀਤ ਗਰੇਵਾਲ ਜੀ ਸਾਡੇ ਨਾਲ ਨੇ, ਸੀਨੀਅਰ ਵਕੀਲ ਜਗਮੋਹਨ ਸਿੰਘ ਪੱਟੀ ਸਾਹਿਬ ਵੀ ਨੇ, ਔਰ ਖਾਸ ਤੌਰ ਤੇ ਕਿਉਂਕਿ ਜਦੋਂ ਮਸਲਾ ਜੇਲ੍ਹਾਂ ਦਾ ਹੈ, ਸਾਬਕਾ ਡੀਜੀ ਜੇਲ੍ਹ ਸ਼ਸ਼ੀਕਾਂਤ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸ਼ਸ਼ੀਕਾਂਤ ਜੀ, ਸ਼ੁਰੂਆਤ ਤੁਹਾਡੇ ਤੋਂ ਕਰਾਂਗਾ। ਲੱਗਦਾ ਕਿ ਸਵਾਲ ਚੁੱਕਣਾ ਬੜਾ ਵਾਜਿਬ ਹੈ ਕਿ ਇਹ ਸਲਾਖਾਂ ਵੀ ਹੁਣ ਸਵਾਲਾਂ ਵਿੱਚ ਨੇ ਕਿ ਕਿਉਂ ਸੁਰੱਖਿਆ ਨੂੰ ਲੈ ਕੇ, ਕਿਉਂ ਬਾਕੀ ਹੋਰ ਜੋ ਐਲੀਮੈਂਟਸ ਦੀਆਂ ਸਮਾਨ ਮਿਲਦਾ ਸ਼ਾਇਦ ਸਰਕਾਰਾਂ ਧਿਆਨ ਹੀ ਨਹੀਂ ਦੇ ਰਹੀਆਂ? ਸੇਵਾ ਚਾਹੀਦੀ ਹੈਗੀ ਹੋਏ। ਉਹਦੇ ਬਾਅਦ ਹੋਰ ਗੱਲ ਬਾਹਰ ਆਈ, ਸਿਫਾਰਿਸ਼ਾਂ ਆਉਂਦੀਆਂ ਸਨ ਕੁਛ ਕੁਛ ਸਮਾਂ ਬਾਅਦ। ਪਹਿਲੇ ਤਾਂ ਸਮਝ ਨਹੀਂ ਆਇਆ ਕੀ ਹੋ ਰਿਹਾ ਹੈਗਾ ਕਿ ਉਹਨੂੰ ਏ ਜੇਲ੍ਹ ਤੋਂ ਕੱਢ ਕੇ ਬੀ ਜੇਲ੍ਹ ਚ ਭੇਜ ਦਿਓ, ਬੀ ਤੋਂ ਸੀ ਚ ਭੇਜ ਦਿਓ। ਬਾਅਦ ਜਦੋਂ ਇਨਕੁਆਇਰੀ ਆਈ ਤਾਂ ਪਤਾ ਲੱਗਿਆ ਕਿ ਉਹ ਬੰਦਾ ਜਿਹੜਾ ਹੈਗਾ, ਹੀ ਵਾਜ਼ ਅ ਨੋਟੋਰੀਅਸ ਗੈਂਗਸਟਰ। ਉਹਦਾ ਕੰਮ ਇਹ ਸੀ ਕਿ ਜੇ ਇਸ ਇਲਾਕੇ ਦੇ ਵਿੱਚ ਕਿਸੇ ਨੂੰ ਕਬਜ਼ਾ ਕਰਾਉਣਾ ਹੁੰਦਾ ਸੀ ਵੱਡੀ ਹਸਤੀ ਨੂੰ, ਉਸ ਜੇਲ੍ਹ ਚ ਭੇਜ ਦਿੰਦੇ ਸੀ ਤੇ ਫੋਨ ਦੇ ਜੇਲ੍ਹ ਦੇ ਵਿੱਚ ਬਹਿ ਕੇ ਫੋਨ ਦੇ ਉੱਤੇ ਜਾਂ ਤੇ ਉਹਦਾ
ਕਬਜ਼ਾ ਹਟਵਾ ਦਿੰਦਾ ਸੀ, ਕਬਜ਼ਾ ਕਰਾ ਦਿੰਦਾ ਸੀ, ਵਟ ਐਵਰ ਇਜ਼ ਟੂ ਬੀ ਡਨ। ਔਰ ਕਈ ਵਾਰੀ ਇਹ ਵੀ ਬਾਅਦ ਚ ਪਤਾ ਲੱਗ ਰਿਹਾ ਸੀ ਕਿ ਸ਼ਾਇਦ ਸਸਪੈਸ਼ਨ ਸੀ, ਪ੍ਰੂਵ ਨਹੀਂ ਹੋਇਆ ਕਿ ਉਹਨੂੰ ਸ਼ਾਇਦ ਜੇਲ੍ਹ ਦੇ ਵਿੱਚੋਂ ਬਾਹਰ ਲਿਜਾ ਕਰਕੇ ਰੂਬਰੂ ਵੀ ਧਮਕੀਆਂ ਜਾ ਕਰਕੇ ਦਿੰਦਾ ਸੀ। ਤੇ ਇਸ ਕਰਕੇ ਮੈਨੂੰ ਨਹੀਂ ਜਾਪਦਾ ਕੋਈ ਵੀ ਸਿਆਸਤ, ਕੋਈ ਵੀ ਕੁਛ ਇਸ ਤਰ੍ਹਾਂ ਦੇ ਜਿਹੜੇ ਅਹਿਮ ਅਸੈਟਸ ਹੈਗੇ ਨੇ ਉਹਨਾਂ ਦੇ, ਉਹਨਾਂ ਨੂੰ ਲਾਈਟਲੀ ਲੇਗੀ, ਉਹਨਾਂ ਦੀ ਖਾਤਰ ਤਵੱਜੋ ਦੇ ਵਿੱਚ ਕੋਈ ਕਸਰ ਛੱਡੇਗੀ, ਮੈਨੂੰ ਨਹੀਂ ਜਾਪਦਾ। ਨਹੀਂ, ਲੇਕਿਨ ਮੈਂ ਇੱਕ ਸਵਾਲ ਹੋਰ ਵੀ, ਤੁਸੀਂ ਕਹਿ ਰਹੇ ਹੋ ਕਿ ਜਾਪਦਾ ਨਹੀਂ, ਪਰ ਹੋਤੇ ਰਹੇ ਨਾ? ਬਿਲਕੁਲ ਹੋ ਰਿਹਾ ਹੈਗਾ, ਬਿਲਕੁਲ ਹੋ ਰਿਹਾ ਹੈਗਾ। ਤਾਂ ਹੀ ਮੈਂ ਕਿਹਾ ਕਿ ਮੈਨੂੰ ਨਹੀਂ ਜਾਪਦਾ ਹੈਗਾ ਕਿ ਕੋਈ ਵੀ ਸਰਕਾਰ ਉਹ ਇਸ ਗੱਲ ਨੂੰ ਸੀਰੀਅਸਲੀ ਲੇਗੀ। ਠੀਕ ਹੈ, ਮੈਂ ਗ੍ਰਿਵਾਲ ਸਾਹਿਬ, ਸਰਕਾਰ ਉਹ ਸ਼ਸ਼ੀਕਾਂਤ ਜੀ ਵੀ ਕਹਿ ਰਹੇ ਕਿ ਜਾਪਦਾ ਨਹੀਂ ਕਿ ਸੀਰੀਅਸ ਲੇਗੀ, ਪਰ ਲੈਣਾ ਚਾਹੀਦਾ ਕਿਉਂਕਿ ਮਸਲਾ ਸੁਰੱਖਿਆ ਨੂੰ ਲੈ ਕੇ, ਮਸਲਾ ਜੇਲ੍ਹਾਂ ਦੇ ਵਿੱਚ, ਜੋ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਵੀ ਕਰਤਾ ਕਿ ਇੱਕ ਐਗਜ਼ਾਮਪਲ ਦੇ ਕੇ, ਕੇਸ ਦਾ ਐਗਜ਼ਾਮਪਲ ਦੇ ਕੇ। ਮੇਰਾ ਕਹਿਣ ਦਾ ਮਤਲਬ ਇਹ ਲੱਗਦਾ ਕਿ ਹੁਣ ਜੇਲ੍ਹਾਂ ਨੂੰ ਵੀ ਸਿਆਸਤਦਾਨ ਜਾਂ ਸਰਕਾਰਾਂ, ਜਾਂ ਮੈਂ ਕਹਾਂ ਕਿਉਂਕਿ ਤੁਹਾਡੀ ਵੀ ਸਰਕਾਰ ਰਹੀ ਹੈ ਭਾਈਵਾਲ ਅਕਾਲੀ ਦਲ ਦੇ ਨਾਲ, ਸਰਕਾਰਾਂ ਕਈ ਵਾਰੀ ਜੇਲ੍ਹਾਂ ਨੂੰ ਆਪਣੇ ਹਿਸਾਬ ਨਾਲ ਵਰਤਦੀਆਂ ਵੀ ਨੇ। ਇਫ ਇਫ ਆਈ ਐਮ ਰਾਈਟ, ਸ਼ਸ਼ੀਕਾਂਤ ਜੀ ਬਿਲਕੁਲ ਜਵਾਬ ਦਿਓ ਗ੍ਰਿਵਾਲ ਸਾਹਿਬ। ਇਸ ਤਰ੍ਹਾਂ ਜੋ ਸ਼ਸ਼ੀਕਾਂਤ ਜੀ ਨੇ ਕਿਹਾ ਕਾਫੀ ਦਰੁਸਤ ਕਿਹਾ। ਇੱਕ ਤਾਂ ਇਹਨਾਂ ਦੀ ਐਕਸਪਰਟੀਜ਼ ਹੈਗੀ ਹੈ ਇਸ ਵਿਸ਼ੇ ਦੇ ਉੱਪਰ, ਔਰ ਦੂਸਰਾ ਇਹਨਾਂ ਦਾ ਅਨੁਭਵ ਵੀ ਹੈ ਕਿਉਂਕਿ ਇਹਨਾਂ ਨੇ ਖੁਦ ਡੀਲ ਕੀਤਾ ਕਾਫੀ ਜਣਾ। ਇਹ ਜਦੋਂ ਤੱਕ ਕਰਪਸ਼ਨ ਨਹੀਂ ਹਟਦੀ ਔਰ ਜਦੋਂ ਤੱਕ ਸਾਡੇ ਲੀਡਰ ਜਿਹੜੇ ਆ ਉਹ ਜਾਇਜ਼ ਨਜਾਇਜ਼ ਕੰਮਾਂ ਦਾ ਚ ਇਹਨਾਂ ਗੈਂਗਸਟਰਾਂ ਦਾ ਇਸਤੇਮਾਲ ਕਰਨਾ ਨਹੀਂ ਹੁੰਦਾ, ਇਹ ਮਾਨਸਿਕਤਾ ਨਹੀਂ ਹਟਦੀ, ਅਤੇ ਉਦੋਂ ਤੱਕ ਇਹ ਚੀਜ਼ਾਂ ਰੁਕ ਨਹੀਂ ਸਕਦੀਆਂ। ਔਰ ਜੇਲ੍ਹ ਦੇ ਅੰਦਰ ਸਾਨੂੰ ਵੀ ਬਹੁਤ ਕੁਛ ਪਤਾ ਕਿ ਅੱਜ ਵੀ ਨਸ਼ਾ ਜਾਂਦਾ, ਜਿਹਨਾਂ ਦੇ ਬੱਚੇ ਜਿਹੜੇ ਨਸ਼ਾ ਕਰਨ ਵਾਲੇ ਲੋਕ ਸੀ, ਜਿਹਨਾਂ ਦਾ ਇਲਾਜ ਹੋਣਾ ਚਾਹੀਦਾ ਸੀ, ਉਹ ਜੇਲ੍ਹਾਂ 'ਚ ਨੇ। ਦੋ ਤਿੰਨ ਇੰਸੀਡੈਂਟ ਮੈਂ ਐਸੇ ਦੇਖੇ ਕਿ ਉਹ ਮਾਂ ਪਿਓ ਉਧਾਰੇ ਪੈਸੇ ਲੈ ਕੇ ਕਿ ਸਾਡਾ ਬੱਚਾ ਮਰ ਜੂਗਾ, ਉਹਨੂੰ ਨਸ਼ਾ ਉੱਥੇ ਪਹੁੰਚਾਉਣਾ ਦੀ ਯੈਸ, ਔਰ ਨਸ਼ਾ ਉੱਥੇ ਪਹੁੰਚ ਜਾਂਦਾ, ਔਰ ਹੋਰ ਕਿਸੇ ਜਗ੍ਹਾ ਮਿਲਣਾ ਮੁਸ਼ਕਲ ਆ, ਪਰ ਉੱਥੇ ਪਹੁੰਚ ਜਾਂਦਾ। ਅਤੇ ਇਸ ਕਰਕੇ ਜੇਲ੍ਹਾਂ ਦੇ ਅੰਦਰ ਜਿੰਨੇ ਕ੍ਰਾਈਮ ਹੁੰਦੇ ਆ ਉਹ ਸਭ ਤੋਂ ਜ਼ਿਆਦਾ ਹੁੰਦੇ ਆ। ਹੁਣ ਤੁਸੀਂ ਦੇਖ ਲਿਆ ਬਿਸ਼ਨੋਈ ਗੈਂਗ ਨੇ ਕੀ ਕੀਤਾ, ਔਰ ਉਹਨੂੰ ਆਰਾਮ ਨਾਲ ਪਕੜ ਕੇ ਲਿਆ ਰਹੇ ਆ। ਆਹ ਆਤੰਕਵਾਦੀ ਨੇ ਇਹਨਾਂ ਨੂੰ ਕਿਸ ਤਰ੍ਹਾਂ ਗਰਦਨ ਤੋਂ ਫੜ ਕੇ ਲਿਆਉਂਦੇ ਆ, ਮੈਨੂੰ ਉਸ ਦਾ ਇਤਰਾਜ਼ ਨਹੀਂ ਹੈ ਕਿ ਕੀ ਕਰਦੇ ਆ, ਪਰ ਇਹਨਾਂ ਨਾਲ ਉਹ ਵਿਵਹਾਰ ਕਿਉਂ ਨਹੀਂ ਕਰਦੇ? ਉਹ ਸਿੱਧਾ ਤੁਰ ਕੇ ਕਿਸ ਤਰ੍ਹਾਂ ਜਾ ਰਿਹਾ ਜੇਲ੍ਹਾਂ 'ਚੋਂ, ਕਈ ਹੱਤਿਆਵਾਂ ਉਹ ਕਰਾ ਚੁੱਕਿਆ, ਔਰ ਫਿਰ ਉਹਨਾਂ ਦੀ ਹਿੰਮਤ ਦੇਖੋ। ਸਵਾਲ ਹੋਈ ਤੇ ਵਰਦਾ ਕੌਣ ਹੈ ਉਹਨਾਂ ਨੂੰ? ਗੱਲ ਤਾਂ ਸੁਣੋ, ਫਿਰ ਉਹਨਾਂ ਨੂੰ ਇਹ ਦੇਖੋ ਕਿ ਉਹ ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ, ਵਟਸਐਪ ਤੇ ਬਿਲਕੁਲ ਉਹਨੂੰ ਆਪਰੇਟ ਕਰਦੇ, ਔਰ ਉਹ ਜਾਂਦਾ ਕਿ ਮੈਂ ਇਹ ਕੰਮ ਕੀਤਾ ਔਰ ਮੈਂ ਇਹ ਕਰਵਾਇਆ, ਕਹਿੰਦਾ ਬਿਲਕੁਲ ਕਰਵਾਇਆ। ਤਾਂ ਇਹਦੇ 'ਚ ਸਰਕਾਰ ਦੀ ਨਾਕਾਮੀ ਨਹੀਂ ਤਾਂ ਹੋਰ ਕੀ ਹੈ ਜੀ? ਕਿੱਥੇ ਗਈ ਉਹ ਪੁਲਿਸ, ਕਿੱਥੇ ਗਈ ਉਹ ਸਰਕਾਰ, ਕੋਈ ਚੀਜ਼ ਹੀ ਨਹੀਂ ਇਸ ਨਾਮ ਦੀ। ਇਸ ਕਰਕੇ ਜਦੋਂ ਅਸੀਂ ਮੇਰੀ ਪਾਰਟੀ ਤੇਰੀ ਪਾਰਟੀ ਕਰਕੇ ਦੇਖਾਂਗੇ ਉਦੋਂ ਤੱਕ ਇਹ ਕੰਮ ਨਹੀਂ ਚੱਲਣਾ ਨਵਨੀਤ ਜੀ, ਨਹੀਂ ਤਾਂ ਲੋਕਾਂ ਨੂੰ ਸਿੱਧਾ ਦੱਸਣਾ ਪੈਣਾ ਕਿ ਇਹ ਜਿਹੜੇ ਵੀ ਲੋਕ ਇੱਥੇ ਬੈਠੇ ਨੇ, ਜਿਹੜੇ ਵੀ ਗਲਤ ਕਰਦੇ ਆ, ਹੁਣ ਸੁੱਖੀ ਰੰਧਾਵਾ ਮੰਤਰੀ ਨੇ, ਮੈਂ ਉਹਨਾਂ ਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਬਹੁਤ ਜ਼ਿਆਦਾ ਸਾਰੀਆਂ ਵਿਸ਼ਿਆਂ ਤੇ ਬੋਲਦੇ ਆ, ਇਸ ਵਿਸ਼ੇ ਤੇ ਕਿਉਂ ਨਹੀਂ ਬੋਲਦੇ, ਕਿਉਂ ਨਹੀਂ ਰਿਜ਼ਾਈਨ ਕਰਦੇ, ਕਿਉਂ ਨਹੀਂ ਸਖਤੀ ਕਰਦੇ, ਕਿਉਂ ਨਹੀਂ ਇਹਨਾਂ ਨੂੰ ਰਿਜ਼ਾਈਨ ਕਰਨ ਨਾਲ ਹੱਲ ਹੋ ਜਾਏਗਾ? ਮਤਲਬ ਇੱਕ ਮੇਰਾ ਸਵਾਲ ਹੈ, ਰਿਜ਼ਾਈਨ ਕਰਨ ਨਾਲ ਘੱਟ ਤੋਂ ਘੱਟ ਜਿਹੜਾ ਇੱਕ ਬੰਦਾ ਦੋਸ਼ੀ ਆ, ਜਿਹਦੇ ਨੀਚੇ ਕੰਮ ਚੱਲ ਰਿਹਾ, ਉਸ ਨੂੰ ਉਹ ਰੋਕ ਨਹੀਂ ਪਾ ਰਿਹਾ ਪਿਛਲੇ 2.5 ਸਾਲ ਤੋਂ, ਤੇ ਉਹ ਜਾਂ ਤਾਂ ਕੈਪੇਬਲ ਹੀ ਨਹੀਂ ਹੈ, ਔਰ ਜਾਂ ਉਹ ਜਾਣਬੁੱਝ ਕੇ ਕਰਨਾ ਨਹੀਂ ਚਾਹ ਰਿਹਾ, ਦੋਨੋਂ ਚੀਜ਼ਾਂ ਨੇ ਨਾ। ਤੇ ਜਦੋਂ ਉਸਨੂੰ ਸਜ਼ਾ ਮਿਲੇਗੀ ਉਸ ਬੰਦੇ ਨੂੰ, ਜੇ ਇਨਕੈਪੇਬਲ ਹੋ ਤਦ ਵੀ ਨਹੀਂ ਰਹਿਣਾ ਚਾਹੀਦਾ, ਔਰ ਜੇ ਉਹ ਜਾਣਬੁੱਝ ਕੇ ਕਰਵਾ ਰਿਹਾ ਤਦ ਵੀ ਨਹੀਂ ਰਹਿਣਾ ਚਾਹੀਦਾ। ਠੀਕ ਹੈ, ਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਸੀ, ਮੈਂ ਆਹ ਰੋਕੂੰਗਾ ਆਹ ਰੋਕੂੰਗਾ, ਜੇਲ੍ਹਾਂ ਤਾਂ ਅੱਜ ਤੱਕ ਠੀਕ ਕੀਤੀਆਂ ਨਹੀਂ ਹੈ, ਔਰ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਕ੍ਰਾਈਮ ਅੱਜ ਵੀ ਜੇਲ੍ਹਾਂ 'ਚੋਂ ਹੀ ਹੁੰਦਾ, ਇਸ ਨੂੰ ਰੋਕਿਆ ਜਾਣਾ ਚਾਹੀਦਾ, ਔਰ ਇਸ ਨੂੰ ਤੁਸੀਂ ਐਕਸਪੋਜ਼ ਕਰ ਰਹੇ ਹੋ, ਉਹਦੇ ਲਈ ਮੈਂ ਤੁਹਾਡੇ ਚੈਨਲ ਦਾ ਵੀ ਤੇ ਬਹੁਤ ਧੰਨਵਾਦੀ ਹਾਂ, ਔਰ ਇਹ ਲੋਕਾਂ 'ਚ ਗੱਲ ਜਾਣੀ ਚਾਹੀਦੀ। ਕਰਨਾ ਨਹੀਂ ਚਾਹੁੰਦੇ ਜਾਂ ਸ਼ਾਇਦ ਕਰ ਨਹੀਂ ਪਾ ਰਹੇ? ਸਰਕਾਰ ਦੇ ਤੌਰ ਤੇ ਖਾਸ ਤੌਰ ਤੇ ਪੁੱਛਣਾ ਚਾਹ ਰਿਹਾ ਕਿ ਸਰਕਾਰ ਕਰ ਕੀ ਰਹੀ ਹੈ, ਮਤਲਬ ਕਰਨਾ ਚਾਹੁੰਦੀ ਨਹੀਂ, ਕਿਉਂਕਿ ਜੋ ਗੱਲ ਸ਼ਸ਼ੀਕਾਂਤ ਜੀ ਨੇ ਵੀ ਕਹਿਤੀ ਔਰ ਗ੍ਰਿਵਾਲ ਸਾਹਿਬ ਨੇ ਬੜੇ ਸਾਫ਼ ਤੌਰ ਤੇ ਕਹਿਤੀ, ਜਾਂ ਸ਼ਾਇਦ ਕਰ ਨਹੀਂ ਪਾ ਰਹੇ, ਕੁਛ ਮਜਬੂਰੀ ਹੈ ਇਹਨਾਂ ਦੀ। ਨਵਨੀਤ ਜੀ, ਗੱਲ ਇੱਕ ਸਿੰਪਲ ਹੈ ਕਿ ਇੱਛਾ ਸ਼ਕਤੀ ਦੀ ਕਮੀ ਮੈਨੂੰ ਇਸ ਸਰਕਾਰ 'ਚ ਤੇ ਇਹ ਡਿਪਾਰਟਮੈਂਟ 'ਚ ਲੱਗਦੀ ਹੈ। ਉਸ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਹਿਕਮੇ ਨੂੰ ਕੌਣ ਚਲਾ ਰਿਹਾ? ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਸਾਹਿਬ ਚਲਾ ਰਹੇ ਨੇ, ਜਿਹੜੇ ਕਿ ਆਪਣੇ ਮਹਿਕਮੇ ਨੂੰ ਛੱਡ ਕੇ ਹਰ ਬੰਦੇ ਨੂੰ ਸਲਾਹ ਦੇਣ ਲਈ ਉਹ ਤਿਆਰ ਬੈਠੇ ਨੇ, ਚਾਹੇ ਉਹ ਧਰਮ ਦੀ ਪੋਲਿਟਿਕਸ ਹੋਵੇ, ਚਾਹੇ ਉਹ ਸਰਕਾਰ ਦੇ ਵਿੱਚ ਕੁਝ ਹੋਵੇ, ਚਾਹੇ ਮੁੱਖ ਮੰਤਰੀ ਸਾਹਿਬ ਦੀ ਵੀ ਨੁਕਤਾਚੀਨੀ ਹੋਵੇ। ਸੁਖਜਿੰਦਰ ਰੰਧਾਵਾ ਜੀ ਆਪਣਾ ਕੰਮ ਛੱਡ ਕੇ ਬਾਕੀ ਸਾਰੇ ਕੰਮਾਂ 'ਚ ਸਭ ਤੋਂ ਮੂਹਰੇ ਤਤਪਰ ਹੋ ਰਹਿੰਦੇ ਨੇ। ਹੁਣ ਵੀ ਜੋ ਪਿਛਲੇ ਦਿਨਾਂ 'ਚ ਘਟਨਾਕ੍ਰਮ ਹੋਇਆ ਉਹਦੇ 'ਚ ਚਾਹੇ ਤੁਸੀਂ ਲਾ ਲਓ ਆ ਤਾਲਮੇਲ ਕਮੇਟੀ 'ਚ, ਉੱਥੇ ਨਹੀਂ ਉਹ ਜਾਂਦੇ, ਹਰ ਚੀਜ਼ ਸਿੱਖ ਸਿਆਸਤ ਉਹਨਾਂ ਨੇ ਕਰਨੀ ਹੈ, ਪਰ ਜਦੋਂ ਆ ਜਾਂਦੀ ਹੈ ਜੇਲ੍ਹ ਡਿਪਾਰਟਮੈਂਟ ਦੀ ਗੱਲ ਤਾਂ ਤੁਸੀਂ ਦੇਖੋ ਵੀ ਜਦ ਦੇ ਉਹ ਮੰਤਰੀ ਬਣੇ ਨੇ ਉਦੋਂ ਦਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੀ ਘਟਨਾਕ੍ਰਮ ਵਾਪਰੇ, ਚਾਹੇ ਉਹ ਲੁਧਿਆਣਾ ਜੇਲ੍ਹ ਦੀ ਗੈਂਗ ਵਾਰ ਲਾ ਲਓ, ਚਾਹੇ ਰਾਤ ਬਠਿੰਡੇ ਜੋ ਵੀ ਕੁਛ ਇੰਸੀਡੈਂਟ ਹੋਇਆ,
ਤੇ ਸਭ ਤੋਂ ਮੰਦਭਾਗੀ ਗੱਲ ਕਿ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਉੱਚੀ ਉੱਚੀ ਬਰਗਾੜੀ ਕਾਂਡ ਬਾਰੇ ਬਿਆਨਬਾਜ਼ੀ ਉਹਨਾਂ ਨੇ ਕੀਤੀ ਤੇ ਖੁਦ ਜੇਲ੍ਹ ਮੰਤਰੀ ਹੋਣ ਤੇ ਅਗਰ ਉਸ ਕੇਸ ਦਾ ਵਿਟਨੈਸ ਹੀ ਜੇਲ੍ਹ ਦੇ ਵਿੱਚ ਮਰਡਰ ਹੋ ਜਾਂਦਾ ਤਾਂ ਇਹਦੇ ਚ ਹੁਣ ਕਿਹਦੀ ਜਵਾਬਦੇਹੀ ਤੈਅ ਕੀਤੀ ਜਾਵੇ? ਅਗਰ ਮਨਿੰਦਰਪਾਲ ਬਿੱਟੂ ਅਗਰ ਉਹਨਾਂ ਨੂੰ ਬਰਗਾੜੀ ਦੀ ਐਡੀ ਚਿੰਤਾ ਸੀ, ਅਗਰ ਸਿੱਖ ਇਸ਼ੂਆਂ ਤੇ ਇੰਨਾ ਖੁੱਲ ਕੇ ਬੋਲਦੇ ਨੇ ਰੰਧਾਵਾ ਸਾਹਿਬ, ਤਾਂ ਐਟਲੀਸਟ ਪਹਿਲਾਂ ਇਹ ਤਾਂ ਦੇਖਦੇ ਕਿ ਜਿਹੜੀਆਂ ਗੱਲਾਂ ਮੈਂ ਬਿਆਨ ਦੇ ਰਿਹਾ ਤੇ ਮੇਰੇ ਮਹਿਕਮੇ ਤੇ ਮੇਰੀ ਜੇਲ੍ਹ ਦੇ ਵਿੱਚ ਉਸ ਕੜੀ ਦੀ ਹੱਤਿਆ ਕਰ ਦਿੱਤੀ ਗਈ, ਤਾਂ ਇਸ ਤੋਂ ਵੱਧ ਨਾਮੋਸ਼ੀਜਨਕ ਤੇ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਠੀਕ ਹੈ, ਸੋ ਮੈਨੂੰ ਇਹ ਲੱਗਦਾ ਹੈ ਕਿ ਰੰਧਾਵਾ ਸਾਹਿਬ ਦੇ ਵਿੱਚ ਇੱਛਾ ਸ਼ਕਤੀ ਦੀ ਕਮੀ ਹੈ ਤੇ ਉਹ ਜਾਣ ਬੁੱਝ ਕੇ ਹੀ ਐਸੇ ਅੰਸਰਾਂ ਨੂੰ ਸ਼ਹਿ ਦੇ ਰਹੇ ਨੇ, ਕਿਉਂਕਿ ਜੇ ਤੁਸੀਂ ਸਾਰੇ ਸਿਨੈਰੀਓ ਨੂੰ ਦੇਖੋ ਤਾਂ ਮੌਜੂਦਾ ਸਰਕਾਰ ਸਿਰਫ ਧਰਮ ਦੇ ਨਾਂ ਤੇ ਸਿਆਸਤ ਕਰ ਰਹੀ ਹੈ, ਉਸ ਤੋਂ ਬਿਨਾਂ ਚਾਹੇ ਉਹ ਤੇ ਕਹਿੰਦੇ ਕਿ ਅਕਾਲੀ ਦਲ ਧਰਮ ਦੇ ਨਾਂ ਤੇ ਸਿਆਸਤ ਕਰਦਾ। ਮੈਂ ਸਵਾਲ ਇਸ ਕਰਕੇ ਕਹਿ ਰਿਹਾ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਕਿਹਦੀ ਸਰਕਾਰ ਵੇਲੇ ਹੋਇਆ? ਜਦੋਂ ਇੱਕ ਗੈਂਗਸਟਰ ਜਾਂ ਕੁਝ ਹੋਰ ਲੋਕ ਉੱਥੋਂ ਭੱਜੇ, ਉਹ ਤੁਹਾਡੀ ਸਰਕਾਰ ਵੇਲੇ ਹੋਇਆ। ਫੇਲੀਅਰ ਉਸ ਵੇਲੇ ਵੀ ਸੀਗਾ। ਆਪਾਂ ਕਿਉਂ ਨਾ ਜੇਲ੍ਹਾਂ ਨੂੰ ਸੁਧਾਰ ਦੀ ਗੱਲ ਕਰੀਏ? ਸਿਆਸਤ ਤੇ ਹੈ ਔਰ ਉਹਦੇ ਤੋਂ ਆਪਾਂ ਮੁਨਕਰ ਹੋ ਵੀ ਨਹੀਂ ਸਕਦੇ, ਪਰ ਜੇਲ੍ਹਾਂ ਦੇ ਸੁਧਾਰ ਨੂੰ ਲੈ ਕੇ ਜੇ ਇਸ ਸਰਕਾਰ ਨੇ 2.5 ਸਾਲ ਚ ਕੁਛ ਨਹੀਂ ਕੀਤਾ ਤੇ ਤੁਹਾਡੀ ਸਰਕਾਰ ਨੇ 10 ਸਾਲਾਂ ਚ ਕੀ ਕੀਤਾ? ਨਵੀਂ ਜੀ 10 ਸਾਲਾਂ ਦੇ ਵਿੱਚ ਤੇ ਆਹ 2.5 ਸਾਲ ਦਾ ਤੁਸੀਂ ਸਾਰਾ ਡਾਟਾ ਕਰ ਲਓ ਕਿ ਉਹ 10 ਸਾਲਾਂ ਦੇ ਵਿੱਚ ਕਿੰਨੀਆਂ ਜੇਲ੍ਹ ਬ੍ਰੇਕਿੰਗ ਜਾਂ ਗੈਂਗ ਵਾਰ ਜੇਲ੍ਹਾਂ ਦੇ ਵਿੱਚ ਹੋਈਆਂ। ਠੀਕ ਹੈ, ਮੈਂ ਸ਼ਸ਼ੀ ਕਾਂਤ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜੇਲ੍ਹਾਂ ਦੇ ਅੰਦਰ ਜੋ ਕੁਛ ਹੋ ਰਿਹਾ ਉਹ ਬਿਲਕੁਲ ਠੀਕ ਨਹੀਂ ਹੈਗਾ, ਪਰ ਜੋ ਹੁਣ ਬਹੁਤ ਜ਼ਿਆਦਾ ਇੱਕ ਹਾਈਟਸ ਤੇ ਜਦੋਂ ਕੋਈ ਚੀਜ਼ ਆ ਜਾਂਦੀ ਹੈ, ਹੁਣ ਤਾਂ ਸ਼ਰੇਆਮ ਅੰਦਰ ਗੈਂਗ ਵਾਰ ਸ਼ੁਰੂ ਹੋ ਗਈਆਂ, ਨਸ਼ਾ ਵਿਕਣਾ ਇਹ ਸਭ ਕੁਝ ਹੋ ਰਿਹਾ ਪੰਜਾਬ ਦੀ ਜੇਲ੍ਹ ਚ, ਕੋਈ ਮੁਨਕਰ ਨਹੀਂ ਹੈਗਾ, ਇਹ ਸਭ ਕੁਝ ਉੱਥੇ ਹੋ ਰਿਹਾ, ਪਰ ਹੁਣ ਉਹਦੇ ਸਿੱਟੇ ਇਸ ਰੂਪ ਚ ਬਾਹਰ ਆਣੇ ਸ਼ੁਰੂ ਹੋ ਗਏ, ਲੋਕ ਮਰਨੇ ਸ਼ੁਰੂ ਹੋ ਗਏ। ਸੋ ਇਹ ਬਹੁਤ ਹੀ ਇੱਕ ਨਾਮੋਸ਼ੀਜਨਕ ਸਥਿਤੀ ਲਾਅ ਐਂਡ ਆਰਡਰ ਦੀ ਪੰਜਾਬ ਚ ਖੜੀ ਹੋ ਚੁੱਕੀ ਹੈ, ਜਿਹਦੇ ਵੱਲ ਸਰਕਾਰ ਨੂੰ ਬੜਾ ਤੁਰੰਤ ਧਿਆਨ ਦੇਣ ਦੀ ਲੋੜ ਹੈ, ਅਦਰਵਾਈਜ਼ ਇਹਦਾ ਮਾਹੌਲ ਹੋਰ ਵੀ ਆਉਂਦੇ ਦਿਨਾਂ ਚ ਖਰਾਬ ਹੋ ਸਕਦਾ। ਸੋ ਮੋਟੋ ਨੋਟਿਸ ਜਿਹੜੇ ਨੇ ਉਹ ਕੋਰਟਾਂ ਵੱਲੋਂ ਲਏ ਜਾਂਦੇ ਨੇ। ਪੱਟੀ ਸਾਹਿਬ, ਇਸ ਮਸਲੇ ਤੇ ਕਿਉਂ ਨਹੀਂ ਹੁਣ ਤੱਕ ਹੋਇਆ? ਮਤਲਬ ਮੈਂ ਤੇ ਨਹੀਂ ਸੁਣਿਆ ਹੁਣ ਤੱਕ ਕਿ ਕੋਰਟ ਨੇ ਸ਼ਾਇਦ ਕੋਈ ਸਵਤ ਸੰਗਿਆਨ ਇਸ ਪੂਰੇ ਮਾਮਲੇ ਤੇ ਲਿਆ ਹੋਵੇ ਹੁਣ ਤੱਕ। ਨਵਨੀਤ ਜੀ, ਪਹਿਲੇ ਤਾਂ ਤੁਸੀਂ ਔਰ ਤੁਹਾਡਾ ਚੈਨਲ ਔਰ ਸਟਾਫ ਸਾਰਾ ਵਧਾਈ ਦਾ ਪਾਤਰ ਹੈ, ਜਿਹੜਾ ਇਹ ਪਕਦਾ ਮੁੱਦਾ ਜਿਹੜਾ ਪੰਜਾਬ ਦਾ ਉਹ ਛੋਇਆ ਔਰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹਦੇ ਵਿੱਚ ਮੈਂ ਇਹ ਗੱਲ ਬਿਲਕੁਲ ਕਹਾਂਗਾ, ਜਿੰਨੇ ਮੇਰੇ ਸਾਥੀ ਸਹਿਯੋਗੀ ਇੱਥੇ ਇਸ ਵੇਲੇ ਹਨ ਤੁਹਾਡੇ ਸਟੂਡੀਓ ਵਿੱਚ, ਉਹਨਾਂ ਨੇ ਜਿਹੜੀ ਗੱਲ ਕਹੀ ਹੈ ਬੜੀ ਬੇਬਾਕ ਹੋ ਕੇ ਅਤੇ ਫਰਾਕ ਦਿਲੀ ਨਾਲ ਕਹੀ ਹੈ। ਜਿਹੜੀ ਗੱਲ ਮੰਨਣੀ ਚਾਹੀਦੀ ਹੈ ਸਰਕਾਰ ਨੂੰ ਜਾਂ ਸੁਖੀ ਰੰਧਾਵਾ ਜੀ ਨੂੰ, ਉਹਨਾਂ ਨੇ ਅਜੇ ਤੱਕ ਇਸ ਦੇ ਉੱਤੇ ਸਹੀ ਕਿਉਂ ਨਹੀਂ ਪਾਈ, ਇਹ ਆਪਣੇ ਆਪ ਦੇ ਵਿੱਚ ਬੜਾ ਸਵਾਲ ਹੈ। ਦੂਜੀ ਵੱਡੀ ਚੀਜ਼ ਤੁਸੀਂ ਜਿਹੜੀ ਕਹਿ ਰਹੇ ਹੋ ਵੀ ਕੋਰਟਾਂ ਨੇ ਸਿਉ ਮੋਟੋ ਨੋਟਿਸ ਕਿਉਂ ਨਹੀਂ ਲਿਆ, ਇਹ ਆਪਣੇ ਆਪ ਦੇ ਵਿੱਚ ਕੋਰਟਾਂ ਦਾ ਜਿਹੜਾ, ਜੇ ਮੈਂ ਇਹ ਕਹਾਂ ਵੀ ਇੱਧਰ ਤਵੱਜੋ ਨਾ ਦੇਣਾ ਜਿਹੜਾ ਇੱਕ ਚੰਗਾ ਰੁਝਾਨ ਨਹੀਂ, ਤਾਂ ਇਹ ਬਿਲਕੁਲ ਸਹੀ ਹੋਏਗਾ। ਇੱਕ ਚੀਜ਼ ਮੈਂ ਇੱਥੇ ਵੀ ਕਹਿਣਾ ਚਾਹਾਂਗਾ, ਮਾਨਯੋਗ ਕੋਰਟਾਂ ਨੇ ਕਈ ਵਾਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ, ਹੋਮ ਸੈਕਟਰੀ ਤੱਕ ਉਹ ਦਿਸ਼ਾ ਨਿਰਦੇਸ਼ ਪਹੁੰਚਦੇ ਨੇ, ਲੇਕਿਨ ਉਹ ਇੱਕ ਕਾਗਜ਼ ਦਾ ਇੱਕ ਵੇਸਟ ਪੀਸ ਪੇਪਰ ਪੀਸ ਆਫ ਪੇਪਰ ਹੋ ਕੇ ਨਿਪਟ ਜਾਂਦੇ ਨੇ ਔਰ ਉਹਦੇ ਉੱਤੇ ਕੋਈ ਇੰਪਲੀਮੈਂਟੇਸ਼ਨ ਨਹੀਂ ਹੁੰਦੀ। ਔਰ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਕਈ ਵਾਰ ਤਾਂ ਇੱਥੋਂ ਤੱਕ ਕਿਹਾ ਇਹ ਆਰਡਰ ਪਾਸ ਕਰ ਦਿੱਤੇ ਗਏ ਨੇ, 4 ਮਹੀਨੇ ਜਾਂ 6 ਮਹੀਨੇ ਬਾਅਦ ਇਹਦੀ ਰਿਪੋਰਟ ਜਿਹੜੀ ਹੈ ਦਿੱਤੀ ਜਾਵੇ ਇਹਦੇ 'ਤੇ ਕੀ ਹੋਇਆ ਸਟੇਟਸ। ਉਸ ਸਟੇਟਸ ਤੋਂ ਬਾਅਦ ਉਹ ਆਪਣੇ ਆਪ ਦੇ ਵਿੱਚ ਫਾਈਲ ਜਿਹੜੀ ਹੈ ਇੱਕ ਨਿਰਜਿੰਦ ਹੋ ਕੇ ਰਹਿ ਜਾਂਦੀ ਹੈ ਔਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਔਰ ਕਿਸੇ ਵੀ ਆਫਿਸਰ ਦੀ ਅਕਾਊਂਟੇਬਿਲਟੀ ਨਹੀਂ ਹੁੰਦੀ। ਇੱਥੇ ਮੈਂ ਇਹ ਗੱਲ ਚੇਤਾਨੀ ਚਾਹਾਂਗਾ, ਅਕਾਊਂਟੇਬਿਲਟੀ ਤੈਅ ਕਰੇਗਾ ਕੌਣ ਆਫਿਸਰਸ ਦੀ? ਮਤਲਬ ਜੇ ਸ਼ਸ਼ੀ ਕਾਂਤ ਜੀ ਦੀ ਗੱਲ ਕਰੀਏ, ਉਹਨਾਂ ਨੇ ਵੀ ਸੇਵਾਵਾਂ ਦਿੱਤੀਆਂ ਨੇ। ਮੇਰਾ ਕਹਿਣ ਦਾ ਮਤਲਬ ਹੈ ਜੇ ਇੱਕ ਅਫਸਰ ਆਪਣਾ ਕੰਮ ਨਹੀਂ ਕਰ ਰਿਹਾ ਤੇ ਉਹ ਜਵਾਬਦੇਹੀ ਕਿਹਦੀ ਹੈ? ਅਫਸਰ ਦੀ, ਸਰਕਾਰ ਨੇ ਵੀ ਤਾਂ ਕੰਮ ਲੈਣਾ ਨਾ, ਸਰਕਾਰ ਕਿਉਂ ਨਹੀਂ ਉਸ ਗੱਲ ਦੀ ਜਵਾਬਦੇਹੀ ਤੈਅ ਕਰਦੀ? ਨਵਨੀਤ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਸਰਕਾਰ ਕੌਣ ਹੈ? ਸੈਕਟਰੀ ਜਿਹੜੇ ਨੇ ਉਹ ਇੰਨੇ ਕੁ ਪੋਲੀਟੀਕਲੀ ਜਿਹੜੇ ਨੇ ਦੱਬ ਚੁੱਕੇ ਨੇ ਕਿ ਉਹ ਵਿਚਾਰੇ ਆਪਣੀ ਗੱਲ ਕਹਿਣ ਦੀ ਸਮਰੱਥਾ ਹੀ ਨਹੀਂ ਰੱਖਦੇ, ਉਹ ਯੈਸ ਮੈਨ ਹੋ ਕੇ ਰਹਿ ਗਏ ਨੇ। ਜੇ ਉਹਨਾਂ ਨੂੰ ਇਹ ਕਿਹਾ ਜਾਏ, IAS ਆਫਿਸਰ ਜਿਹੜੇ ਨੇ ਸਰਕਾਰ ਦੇ ਜਿਨ੍ਹਾਂ ਨੇ ਸਰਕਾਰ ਚਲਾਉਣੀ ਹੈ, ਉਹ ਇੱਕ ਸੁਪਰ ਕਲਰਕ ਹੋ ਕੇ ਰਹਿ ਗਏ ਨੇ, ਤਾਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਇੱਥੇ ਮੈਂ ਇਹ ਚੀਜ਼ ਚੇਤਾਨੀ ਚਾਹਾਂਗਾ, ਸ਼ਸ਼ੀ ਕਾਂਤ ਜੀ ਸ਼ਾਇਦ ਮੇਰੀ ਗੱਲ ਨਾਲ ਐਗਰੀ ਕਰਨ, ਕੋਈ ਜ਼ਮਾਨਾ ਸੀ ਅੱਜ ਤੋਂ 30-35 ਸਾਲ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਜਿਹੜਾ ਜੇਲ੍ਹਾਂ ਦਾ ਕੇਡਰ ਸੀਗਾ ਪੰਜਾਬ ਦੇ ਸਟਾਫ ਦਾ, ਉਹ ਇੱਕ ਵੱਖਰਾ ਹੁੰਦਾ ਸੀਗਾ। ਅੱਜ ਦੀ ਡੇਟ ਦੇ ਵਿੱਚ ਉਹ ਜਿਹੜੀਆਂ ਉਹ ਅਬੋਲਿਸ਼ ਕਰਕੇ ਜਿੰਨੀਆਂ ਵੀ ਸੁਪਰਡੈਂਟ ਡਿਪਟੀ ਸੁਪਰਡੈਂਟ ਦੀਆਂ ਪੋਸਟਾਂ ਨੇ ਉਹ ਪੁਲਿਸ ਦੇ ਹਵਾਲੇ ਕਰ ਦਿੱਤੀਆਂ ਗਈਆਂ।
अगर जे एदे उत्ते गवर्नमेंट तवज्जो करे या कोई कमीशन बिठावे या कोई इनक्वायरी करे तो यह क्यों ऐसा हो रहा है? मैं वो समझना चाहता हूं, मैं ओदे ते भी आवांगा। मैं पुलिस दी जिहड़ी टेक्निकल तुसी कहिए गल जिहड़ी वो समझ लेना। शशिकांत जी, लगदा कि तुहानू नुकसान होया जो वखरा कैडर जेलों का सीगा उन्हों जिहड़ा मर्ज करता गया या उन्हों डिवोलिश करके पुलिस दे हथ सारा कुछ देता गया। आपां कई बार इस मसले ते चर्चा की, तुसीं भी कई बार कहा कि सियासीकरण होया तां सारा कुछ होया। ਸੋ ਕੱਲਾ ਸਿਆਸੀਕਰਨ ਇਸ ਦੀ ਵਜ੍ਹਾ ਜਾਂ ਇਹਦੇ ਪਿੱਛੇ ਕੁਝ ਹੋਰ ਵੀ ਮੰਨਿਆ ਜਾ ਸਕਦਾ? ਦੇਖੋ, ਪਹਿਲੇ ਤਾਂ ਭੱਟੀ ਸਾਹਿਬ ਨੇ ਗੱਲ ਕਹੀ, ਉਹਦਾ ਵਿਰੋਧ ਕਰਨਾ ਹੈਗਾ ਪੂਰੇ ਜ਼ੋਰ ਦੇ ਨਾਲ। ਇਹਨਾਂ ਨੇ ਕਿਹਾ ਕਿ ਫਾਈਲਾਂ ਜਿਹੜੀ ਹੈਗੀਆਂ ਨੇ ਨਿਰਜਿੰਦ ਹੋ ਜਾਂਦੀਆਂ ਨੇ। ਬਿਲਕੁਲ ਨਹੀਂ ਹੁੰਦੀਆਂ ਨੇ, ਫਾਈਲਾਂ ਦਾ ਢਿੱਡ ਭਰਿਆ ਜਾਂਦਾ ਹੈ, ਰੋਜ਼ ਭਰਿਆ ਜਾਂਦਾ ਹੈਗਾ ਔਰ ਲਗਾਤਾਰ ਭਰਿਆ ਜਾਏਗਾ। ਹਾਂ ਜੀ, ਇਹ ਕੀਤਾ ਉਹ ਕੀਤਾ, ਪਰ ਸਾਰੀ ਗੱਲਾਂ ਹੁੰਦੀਆਂ ਨੇ ਹਵਾਈ। ਵਰਨਾ ਦੇਖੋ, ਫਾਈਲ ਦਾ ਢਿੱਡ ਜਿਹੜਾ ਹੈਗਾ ਇੰਨਾ ਮੋਟਾ ਹੋ ਜਾਂਦਾ ਹੈਗਾ ਕਿ ਸ਼ਾਇਦ ਉਹਨੂੰ ਬੋਰੇ ਚ ਬੰਦ ਕਰਨਾ ਪੈਂਦਾ ਹੈਗਾ। ਦੂਜੀ ਗੱਲ ਆਈ ਜੇਲਾਂ ਦੀ, ਜਿਹੜਾ ਕਿ ਇਹ ਗੱਲ ਹੈਗੀ, ਯੈਸ ਅਨਫੋਰਚੁਨੇਟਲੀ ਜੈਸਾ ਭੱਟੀ ਸਾਹਿਬ ਨੇ ਕਿਹਾ ਔਰ ਬਾਕੀਆਂ ਨੇ ਕਿਹਾ ਕਿ ਪੋਲੀਟੀਸਾਈਜ਼ੇਸ਼ਨ ਸਾਰਿਆਂ ਤੋਂ ਮਾੜਾ ਹੈਗਾ। ਅੱਜ ਦੀ ਤਰੀਕ ਦੇ ਵਿੱਚ ਕਾਡਰ ਜਿਹੜਾ ਹੈਗਾ ਇੱਕ ਹੋ ਗਿਆ, ਐਮਲਗੇਟ ਕਰ ਦਿੱਤਾ, ਵਟ ਐਵਰ, ਤੇ ਪੋਸਟ ਕਿਹੜੇ ਹੁੰਦੇ ਨੇ? ਪੁਲਿਸ ਡਿਪਾਰਟਮੈਂਟ ਦੇ ਵਿੱਚ ਇੱਕ ਚੀਜ਼ ਹੁੰਦੀ ਹੈ, ਪੁਲਿਸ ਕੀ ਹਰ ਡਿਪਾਰਟਮੈਂਟ ਚ ਹੈਗੀ ਹੈ, ਇੱਕ ਸ਼ਬਦ ਹੈਗਾ ਖੁੱਡੇ ਲਾਈਨ, ਜਿਹਨੂੰ ਖੁੱਡੇ ਲਾਈਨ ਲਾਉਣਾ ਹੈ, ਜਿਹਨੂੰ ਸਬਕ ਸਿਖਾਉਣਾ ਹੈਗਾ, ਜਿਹੜਾ ਕਈ ਉਹਨਾਂ ਦੀ ਗੱਲ ਨਹੀਂ ਮੰਨਦਾ ਹੈਗਾ, ਉਹਨਾਂ ਨੂੰ ਇਸ ਤਰ੍ਹਾਂ ਥਾਂ ਤੇ ਭੇਜ ਦਿਓ। ਔਰ ਜਦੋਂ ਉੱਥੇ ਭੇਜਿਆ ਜਾਂਦਾ ਹੈਗਾ, ਬੰਦਾ ਪਹਿਲੇ ਤੇ ਉੱਥੇ ਜਾ ਕੇ ਛਟਪਟਾਉਂਦਾ ਹੈਗਾ, ਜੇ ਸੈਪਰੇਟ ਕਾਡਰ ਹੋਏ ਤੇ ਉਹਨਾਂ ਨੂੰ ਪਤਾ ਹੈਗਾ ਕਿੱਥੇ ਕੀ ਗੱਲ ਹੈਗੀ ਹੈ। ਜਦੋਂ ਵੀ ਕੋਈ ਬੰਦਾ ਬਾਹਰੋਂ ਕਿਸੇ ਨਵੇਂ ਡਿਪਾਰਟਮੈਂਟ ਜਾਂਦਾ ਹੈ, ਕਾਫੀ ਸਮਾਂ ਤੁਹਾਨੂੰ ਲੱਗਦਾ ਹੈਗਾ ਬੰਦ ਲਾ ਜਾਂਦਾ ਹੈ, ਇਹ ਤੇ ਹੋ ਕੀ ਰਿਹਾ ਹੈਗਾ, ਸਮਝ ਨਹੀਂ ਆਉਂਦਾ ਹੈਗਾ। ਅਲਟੀਮੇਟਲੀ ਸੀਨੀਅਰ ਕਾਡਰ ਜਿਹੜਾ ਹੈਗਾ ਉਹ ਹੀ ਜਾ ਕਰਦਾ, ਉਹਨੂੰ ਉਹ ਵੀ ਜਾ ਫਰਸਟ੍ਰੇਟ ਹੁੰਦਾ ਹੈਗਾ। ਬੇੜੀ ਜਿਹੜੀ ਵੀ ਇਹ ਕਾਰਵਾਈ ਹੋਈ ਹੈ, ਬੇਸਿਕਲੀ ਇਟ ਵਾਜ਼ ਅ ਪੋਲੀਟੀਸਾਈਜ਼ਡ, ਬੜੀ ਸੋਚੀ ਸਮਝੀ ਕਾਰਵਾਈ ਸੀ ਕਿ ਜਿਹੜੀ ਹੋਰ ਖੁੱਡੇ ਲਾਈਨ ਪੋਸਟਿੰਗ ਜਿਹੜੀ ਹੈਗੀ ਉਹਨਾਂ ਨੂੰ ਕ੍ਰੀਏਟ ਕਰ ਦਿਓ। ਨੋਬਡੀ ਇਜ਼ ਸੀਰੀਅਸ, ਨੋਬਡੀ ਵਾਸ ਸੀਰੀਅਸ, ਐਂਡ ਨੋਬਡੀ ਵਿਲ ਬੀ ਐਵਰ ਸੀਰੀਅਸ ਟੂ ਡੂ ਇਟ। ਤੁਸੀਂ ਖੁੱਡੇ ਲਾਈਨ ਵਾਲੀ ਗੱਲ ਕਹਿ ਰਹੇ ਹੋ, ਪਰ ਮੈਂ ਤੇ ਸੁਣਿਆ ਕਿ ਕਈ ਵਾਰੀ ਇਹ ਬਦਲੀਆਂ ਕਰਾਉਣ ਦੇ ਲਈ ਜੇਲ੍ਹਾਂ ਦੇ ਖਾਸ ਤੌਰ ਤੇ ਸੀਨੀਅਰ ਅਫਸਰ ਉਹ ਚੰਗੇ ਪੈਸੇ ਵੀ ਦਿੰਦੇ ਕਿਉਂਕਿ ਕਈ ਜੇਲ੍ਹਾਂ ਦੇ ਵਿੱਚ ਕਮਾਈ ਜ਼ਿਆਦਾ, ਕਈ ਚ ਘੱਟ ਹੈ। ਇਹ ਵੀ ਇੱਕ ਵੱਡਾ ਸਵਾਲ ਹੈ। ਬਿਲਕੁਲ ਵੱਡਾ ਸਵਾਲ ਹੈਗਾ, ਜਿਸ ਤਰ੍ਹਾਂ ਪੁਲਿਸ ਦੇ ਦੋ ਡਿਪਾਰਟਮੈਂਟ ਚ ਹੈਗਾ, ਹੁਣ ਦੀਵਾਲੀ ਆ ਰਹੀ ਹੈਗੀ, ਤੁਸੀਂ ਆਪ ਹੀ ਸਟਿੰਗ ਕਰਕੇ ਵੇਖ ਲਓ ਕਿਹੜੇ ਅਫਸਰ ਤੇ ਕਿਹੜੇ ਪੋਲੀਟੀਸ਼ੀਅਨ ਦੇ ਕੋਲ ਕਿੰਨਾ ਸਮਾਨ ਜਾਂਦਾ ਹੈਗਾ, ਸੋਨਾ ਜਾ ਰਿਹਾ ਕਿ ਚਾਂਦੀ ਜਾ ਰਿਹਾ ਕੁਝ ਹੋਰ ਜਾ ਰਿਹਾ। ਯੈਸ, ਪੋਸਟਿੰਗ ਜਿਹੜੀ ਹੈਗੀ ਨੇ ਸ਼ੁਰੂ ਤੋਂ ਸਿਸਟਮ ਰਿਹਾ ਹੈਗਾ, ਇੱਥੇ ਹੁਣ ਵੀ ਪਨਪ ਰਿਹਾ ਹੈਗਾ, ਜਾਂ ਪੈਸੇ ਦੇ ਕਰਾਉਂਦੇ ਹੈਗੇ ਤਾਂ ਹੀ ਜਾ ਕੇ ਉੱਥੇ ਤੁਸੀਂ ਡਰੱਗ ਲੈਣੀ ਹੈ, ਡਰੱਗ ਲੈ ਲਿਓ। ਉਹ ਡਰੱਗ ਤੁਸੀਂ ਕਹਿ ਰਹੇ ਹੋ, ਮੈਂ ਸੋਰੀ ਆਮ ਯੂਜ਼ਿੰਗ ਗੋਇੰਗ ਟੂ ਗਿਵ ਏ ਬੈਡ ਐਗਜ਼ਾਮਪਲ। ਜੇਲ੍ਹਾਂ ਦੇ ਵਿੱਚ ਇਫ ਏ ਪਰਸਨ ਵਾਂਟਸ ਟੂ ਗੋ ਐਂਡ ਹੈਵ ਸੈਕਸ, ਉਹ ਵੀ ਹੋ ਜਾਂਦਾ ਹੈਗਾ, ਉਹਦੀ ਕੱਪ ਪਾਈ ਜਾਂਦੀ ਹੈਗੀ, ਰਵਾਨਗੀ ਜਾ ਕੇ ਹਾਸਪਿਟਲ ਦੇ ਵਿੱਚ, ਹਾਸਪਿਟਲ ਜਾਂਦਾ ਹੈਗਾ, ਉਹ ਹੋਟਲ ਦੇ ਵਿੱਚ, ਉੱਥੋਂ ਵਾਪਸ ਜਾਂਦਾ ਹੈਗਾ, ਫਿਰ ਉੱਥੇ ਜੇਲ੍ਹਾਂ ਚ ਵਾਪਸ ਜੇਲ੍ਹ ਦੇ ਵਿੱਚ। ਬੜਾ ਗੰਭੀਰ, ਠੀਕ ਹੈ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਅਕਸਰ ਹੁੰਦਾ ਵੀ ਹੈ। ਮੈਂ ਕਲੇਰ ਸਾਹਿਬ ਇੱਕ ਚੀਜ਼ ਹੋਰ ਇੱਥੇ ਸਮਝ ਨਹੀਂ ਪਾ ਰਿਹਾ, ਕੱਲਾ ਸਰਕਾਰਾਂ ਦੀ ਇੱਛਾ ਸ਼ਕਤੀ, ਜਾਂ ਲੱਗਦਾ ਕਿ ਸਿਸਟਮ ਦਰੁਸਤ ਅੱਜ ਤੱਕ ਹੋਇਆ ਹੀ ਨਹੀਂ ਜੇਲ੍ਹਾਂ ਦਾ ਖਾਸ ਤੌਰ ਤੇ, ਕਿਉਂਕਿ ਇੱਕ ਬਰਡਨ ਬਹੁਤ ਜ਼ਿਆਦਾ। ਤੁਸੀਂ ਆਪ ਵੀ ਵਕੀਲ ਹੋ, ਸਮਝ ਦਿਓ ਕਿ ਕਿੰਨੇ ਕੇਸ ਨੇ, ਕਿੰਨੇ ਲੋਕ ਅੰਦਰ ਬੰਦ ਨੇ। ਬਰਡਨ ਜ਼ਿਆਦਾ ਹੋਣ ਕਰਕੇ ਚੀਜ਼ਾਂ ਦਰੁਸਤ ਨਹੀਂ ਹੋ ਪਾ ਰਹੀਆਂ, ਜਾਂ ਇੱਛਾ ਸ਼ਕਤੀ ਹੁਣ ਨਾ ਹੋਣ ਕਰਕੇ ਦਰੁਸਤ ਨਹੀਂ ਹੋ ਪਾ ਰਹੀਆਂ? ਦੋਨੋਂ ਹੀ ਚੀਜ਼ਾਂ ਨੇ ਨਵਨੀਤ ਜੀ। ਤੁਸੀਂ ਜੇ ਬਰਡਨ ਦੀ ਗੱਲ ਕੀਤੀ ਹੈ ਤਾਂ ਇਹ ਵੀ ਇੱਕ ਬੜਾ ਵੱਡਾ ਫੈਕਟ ਹੈ, ਜਿਹੜਾ ਬੀਇੰਗ ਅ ਲਾਇਰ ਤੇ ਭੱਟੀ ਸਾਹਿਬ ਵੀ ਇਹਦੇ ਨਾਲ ਐਗਰੀ ਕਰਨਗੇ ਕਿ ਜੇਲ੍ਹਾਂ ਨੂੰ ਓਵਰ ਬਰਡਨ ਵੀ ਕੀਤਾ ਜਾ ਰਿਹਾ, ਕਿਉਂਕਿ ਕਈ ਓਫੈਂਸਿਸ 'ਚ ਅਸੀਂ ਦੇਖਦੇ ਹਾਂ ਕਿ ਕਈ ਬੰਦੇ ਵਿਚਾਰੇ ਜਿਨ੍ਹਾਂ ਨੂੰ ਬੇਲ ਵੈਸੀ ਮਿਲ ਜਾਣੀ ਚਾਹੀਦੀ ਹੈ, ਉਹ ਵੀ ਉਹਨਾਂ ਨੂੰ ਬੇਲਾਂ ਨਹੀਂ ਮਿਲ ਰਹੀਆਂ ਹੈਗੀਆਂ। ਛੋਟੇ ਓਫੈਂਸਿਸ ਜਿਹੜੇ ਅੱਜ ਕੱਲ੍ਹ ਤਾਂ ਐਕਸਾਈਜ਼ ਐਕਟ ਵਾਲੇ ਲੋਕ ਵੀ ਤੁਹਾਨੂੰ ਜੇਲ੍ਹਾਂ 'ਚ ਮਿਲ ਜਾਣਗੇ, ਜਿਹੜੇ ਕਿ ਬਹੁਤ ਛੋਟੇ ਓਫੈਂਸਿਸ। ਸੋ ਅੱਗੇ ਪੁਰਾਣੇ ਟਾਈਮਾਂ 'ਚ ਮੇਰੇ ਹਿਸਾਬ ਨਾਲ ਛੋਟੇ ਓਫੈਂਸਿਸ ਵਾਲੇ ਲੋਕਾਂ ਨੂੰ ਬੇਲਾਂ ਛੇਤੀ ਮਿਲ ਜਾਂਦੀਆਂ ਸੀਗੀਆਂ, ਪਰ ਹੁਣ ਇੱਕ ਟ੍ਰੈਂਡ ਐਸਾ ਸੈੱਟ ਹੋ ਗਿਆ ਕਿ ਤੁਸੀਂ ਸੁਪਰੀਮ ਕੋਰਟ ਤੱਕ ਪਹੁੰਚ ਜਾਂਦੇ ਹੋ ਇੱਕ ਬਹੁਤ ਛੋਟੇ ਓਫੈਂਸ ਲਈ। ਇਹ ਵੀ ਇੱਕ ਪਾਰਟ ਜ਼ਰੂਰ ਹੈਗਾ ਕਿ ਤੁਹਾਨੂੰ ਬੇਲ ਨਾ ਮਿਲਣਾ, ਜਾਂ ਜਿਹੜਾ ਸਿਸਟਮ ਇਹਦੇ ਕਰਕੇ ਵੀ ਜੇਲ੍ਹਾਂ ਓਵਰਬਰਡਨ ਹੋ ਰਹੀਆਂ ਨੇ। ਸੋ ਜਿਹੜੇ ਲੋਕ ਆਪਾਂ ਕੱਲ ਵੀ ਇੱਕ ਡਿਬੇਟ ਥੋੜੇ ਦਿਨ ਪਹਿਲਾਂ ਕਰਕੇ ਹਟੇ ਆ ਕਿ ਜਿਹੜੇ ਲੋਕ ਆਪਣੀ ਸਜ਼ਾਵਾਂ ਕੱਟ ਚੁੱਕੇ ਨੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਣਾ ਚਾਹੀਦਾ, ਉਹਦੇ ਨਾਲ ਵੀ ਜੇਲ੍ਹਾਂ ਬਰਡਨ ਹੋ ਰਹੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਗਰ ਤੁਸੀਂ ਦੇਖੋਗੇ ਕਿ ਜੇਲ੍ਹਾਂ ਵੀ ਤਾਂ ਓਵਰਬਰਡਨਡ ਹੈਗੀਆਂ ਨੇ, ਜਦੋਂ ਇਨਫਰਾਸਟ੍ਰਕਚਰ ਤੁਹਾਡੇ ਕੋਲ ਉਸ ਲੈਵਲ ਦਾ ਨਹੀਂ ਹੈਗਾ, ਤਾਂ ਨੈਚੁਰਲੀ ਹੈ ਉਹ ਕਰਪਸ਼ਨ ਨੂੰ ਖੁਦ ਹੀ ਇਨਵੀਟੇਸ਼ਨ ਦੇ ਦਿੰਦਾ। ਮੈਂ ਵਿਚਕਾਰ ਰੋਕ ਰਿਹਾ ਕਿਉਂਕਿ ਮੈਂ ਗਰੇਵਾਲ ਸਾਹਿਬ ਕੋਲ ਜਾਣਾ ਸੀ, ਪਰ ਇੱਕ ਗੱਲ ਡੀਜੀ ਸਾਹਿਬ ਤੋਂ ਹੋਰ ਮੈਂ ਪੁੱਛਣਾ ਚਾਹਾਂਗਾ। ਸ਼ਸ਼ੀਕਾਂਤ ਜੀ, ਪਰਸੋਂ ਵੀ ਖਬਰ ਆਈ ਨਾਭਾ ਜੇਲ੍ਹ ਤੋਂ ਕਿ ਕੁਝ ਕੈਦੀਆਂ ਨੇ ਇਲਜ਼ਾਮ ਲਾਏ ਨੇ ਕਿ ਸਾਡੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਪਰ ਇੱਕ ਜਿਹੜੀ ਰਿਪੋਰਟ ਬਣਾ ਕੇ ਦੇਣੀ ਹੁੰਦੀ ਹੈ ਉਹਦੇ 'ਚ ਇੰਨੀ ਦੇਰੀ ਕੀਤੀ ਜਾਂਦੀ ਹੈ ਕਿ ਓਵਰ ਬਰਡਨ ਅਸੀਂ ਕਹਿ ਲਈਏ ਕਿ ਲੋਕ ਉੱਥੇ ਹੋਰ ਆਪਣੀ ਸਮਾਂ ਪੂਰਾ ਕਰਨ ਤੋਂ ਬਾਅਦ ਵੀ ਵਾਧੂ ਸਮਾਂ ਉੱਥੇ ਲਗਾ ਦਿੰਦੇ ਨੇ, ਉਹਦੇ ਪਿੱਛੇ ਦੀ ਵਜ੍ਹਾ ਕੀ ਕੁਛ ਮੰਨੀ ਜਾਏ? ਕੀ ਲੱਗਦਾ ਕਿ ਉਹਦੇ 'ਚ ਕੋਈ ਖੇਲ ਹੁੰਦਾ? ਉਹਦੇ 'ਚ ਖੇਲ ਹੈਗਾ, ਖੇਲ ਦੋ ਉਹਦੇ 'ਚ ਹੈਗੇ ਨੇ। ਕਈ ਵਾਰੀ ਇਸ ਤਰ੍ਹਾਂ ਇੰਸਟਰਕਸ਼ਨ ਪਾਸ ਹੁੰਦੀਆਂ ਨੇ ਕਿ ਡਿਲੇ ਕਰੋ, ਵਰਨਾ ਇੱਕ ਬੇਸਿਕ ਕੇਸ ਹੈਗਾ ਮੋਟਾ ਜਿਹਾ, ਕਿਸੇ ਬੰਦੇ ਦੀ ਪੈਰੋਲ ਹੈਗੀ ਹੈ,
ਪੈਰੋਲ ਦੀ ਐਪਲੀਕੇਸ਼ਨ ਕਦੇ ਉੱਤੇ ਪੁੱਛਦੇ ਪੁੱਛਦੇ ਵਰੇ ਲੱਗ ਜਾਂਦੇ ਹੈਗੇ ਨੇ, ਜਦੋਂ ਕਰਾਣੀ ਹੈਗੀ ਹੈ ਤੇ ਇੱਕ ਦਿਨ ਚ ਪੁੱਜ ਜਾਂਦੀ ਹੈਗੀ ਹੈ। ਬੇਸਿਕਲੀ ਗੱਲ ਘੁੰਮਕੁਮਾ ਕੇ ਉਹੀ ਆਉਂਦੀ ਹੈਗੀ ਹੈ, ਮੈਂ ਕਹਾਂਗਾ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਵੀ ਕਿਹਾ ਹੈਗਾ, ਇੱਛਾ ਸ਼ਕਤੀ ਦੀ ਹਰ ਚੀਜ਼ ਪੋਸੀਬਲ ਹੈਗੀ ਹੈ ਦੁਨੀਆਂ 'ਚ, ਕੋਈ ਇਸ ਤਰ੍ਹਾਂ ਚੀਜ਼ ਨਹੀਂ ਹੈਗੀ ਹੈ ਗਵਰਨਮੈਂਟ ਤੰਤਰ ਦੇ ਵਿੱਚ, ਕੋਈ ਇਸ ਤਰ੍ਹਾਂ ਚੀਜ਼ ਨਹੀਂ ਜਿਹੜੀ ਨਾ ਇੰਪੋਸੀਬਲ ਹੈਗੀ ਹੈ, ਬਟ ਗੱਲ ਆਉਂਦੀ ਘੁੰਮਕੁਮਾ ਕੇ ਉਹ ਇੱਛਾ ਸ਼ਕਤੀ ਨਹੀਂ ਹੈਗੀ ਹੈ। ਲੋਕੀ ਜਿਹੜੇ ਜੇਲ੍ਹ 'ਚ ਹੈਗੇ ਨੇ, ਕਈ ਸਾਰੇ ਬੰਦੇ ਸਨ ਬਾਹਰੋਂ ਵਿਦੇਸ਼ੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸਨ, ਕਿੰਨੇ ਵਾਰੇ ਲੱਗੇ ਉਹਨਾਂ ਨੂੰ ਉੱਥੋਂ ਬਾਹਰ ਆਉਂਦੇ ਆਉਂਦੇ, ਕਈ ਤਾਂ ਉਹਦੇ ਵਿਚਕਾਰ ਮਰ ਵੀ ਗਏ। ਬੇਸਿਕਲੀ ਇਟਸ ਆਲ ਰੈਡ ਟੇਪਿਜ਼ਮ ਕਹਿ ਦੋ, ਜਾਂ ਕਹੋ ਪਹਿਲਾਂ ਨਹੀਂ ਚੜਦਾ ਹੈਗਾ, ਜਾਂ ਪੋਲੀਟੀਕਲ ਪ੍ਰੈਸ਼ਰ, ਜਾਂ ਐਡਮਿਨਿਸਟ੍ਰੇਟਿਵ ਪ੍ਰੈਸ਼ਰ, ਵਟ ਐਵਰ ਇਟ ਇਜ਼, ਇਹ ਤੰਤਰ ਜਿਹੜਾ ਹੈਗਾ ਇੰਨਾ ਖਰਾਬ ਹੋ ਗਿਆ, ਇੰਨਾ ਮਾੜਾ ਹੋ ਗਿਆ ਹੈ ਕਿ ਆਈ ਡੋਂਟ ਨੋ ਕਿ ਸੁਧਾਰ ਕਿਸ ਤਰ੍ਹਾਂ ਹੋਏਗਾ। ਸਾਰੀਆਂ ਚੀਜ਼ਾਂ ਨੂੰ ਲੈ ਕੇ ਸੈਂਟਰ ਵੱਲੋਂ ਪੋਲਿਸੀ ਹੈ, ਲੱਗਦਾ ਕਿ ਜੇਲ੍ਹਾਂ ਨੂੰ ਲੈ ਕੇ ਹੋਰ ਮਜ਼ਬੂਤ ਪੋਲਿਸੀ ਦੀ ਸੈਂਟਰ ਵੱਲੋਂ ਖਾਸ ਤੌਰ ਤੇ ਛੁਗੀ। ਜਿਵੇਂ ਕਿ ਜ਼ਿਕਰ ਸ਼ਸ਼ੀਕਾਂਤ ਜੀ ਨੇ ਵੀ ਕੀਤਾ, ਪੱਟੀ ਸਾਹਿਬ ਨੇ ਵੀ ਕੀਤਾ ਕਿ ਸਰਕਾਰਾਂ ਦੀ ਜਾਂ ਸਿਆਸੀ ਸ਼ੈ ਕਰਕੇ ਸਾਰਾ ਕੁਝ ਹੁੰਦਾ। ਸੋ ਜੇ ਸੈਂਟਰ ਤੋਂ ਇੱਕ ਕਹੀਏ ਕਿ ਪਾਲਿਸੀ ਹੋਏਗੀ ਜਿਹੜੀ ਕਿ ਬਹੁਤ ਕੜੀ ਹੋਏਗੀ, ਉਸ ਤੋਂ ਬਾਅਦ ਸ਼ਾਇਦ ਰਾਜ ਸਰਕਾਰਾਂ ਦੀ, ਸੂਬਾ ਸਰਕਾਰਾਂ ਦੀ ਜਿਹੜੀ ਉਹ ਸਿਆਸੀ ਕਰਨ ਵਾਲੀ ਚੀਜ਼ ਸ਼ਾਇਦ ਉਹ ਘੱਟ ਹੋਏਗੀ ਥੋੜ੍ਹੀ ਜਿਹੀ। ਇਹ ਤਾਂ ਸਟੇਟ ਸਬਜੈਕਟ ਹੈ ਵੈਸੇ ਵੀ, ਪਰ ਪਾਲਿਸੀ ਦੇ ਉੱਤੇ ਕਰੜੀ ਪਹਿਲਾਂ ਵੀ ਹੈਗੀ ਹੈ, ਸ਼ਸ਼ੀਕਾਂਤ ਜੀ ਜ਼ਿਆਦਾ ਬਿਹਤਰ ਦੱਸ ਸਕਦੇ ਆ। ਇਹਦੇ 'ਚ ਇੱਕ ਹੋਰ ਸਮੱਸਿਆ ਹੈਗੀ, ਜਿਹੜੀ ਜੇਲ੍ਹ ਦਾ ਜਿਹੜਾ ਸਟਾਫ ਆ ਉਹਦੀ ਤਾਦਾਦ ਘੱਟ ਹੋਣ ਕਰਕੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਵੀ ਨਹੀਂ ਸਮੇਂ ਸਮੇਂ ਦਿੱਤੀ ਜਾਂਦੀ, ਅਤੇ ਔਰ ਕੈਦੀਆਂ ਦੇ ਬੰਦੀਆਂ ਦੇ ਨਾਲ ਕਿਸ ਤਰ੍ਹਾਂ ਡੀਲ ਕਰਨਾ, ਵੈਸੇ ਕਿਸ ਤਰ੍ਹਾਂ ਉੱਥੇ ਸੁਰੱਖਿਆ ਨਾਲ ਕਰਨਾ, ਉਹ ਸਾਰੇ ਲਈ ਨਵੀਂ ਜਾਣਕਾਰੀ ਉਹਨਾਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ, ਔਰ ਉਹਦੇ 'ਚ ਟ੍ਰੇਨ ਵੀ ਹੋਣੇ ਚਾਹੀਦੇ ਆ ਲੋਕ, ਅਤੇ ਉਹ ਵੀ ਨਹੀਂ ਹੁੰਦੇ। ਅਤੇ ਦੂਸਰਾ ਉੱਥੇ ਤੁਸੀਂ ਦੇਖੋ ਕਿ ਮਿਲਣ ਦਾ ਸਿਸਟਮ ਕੀ ਆ, ਇੱਕ ਤਾਂ ਜਾ ਕੇ ਜੇਲ੍ਹ ਸੁਪਰਡੈਂਟ ਦੇ ਕਮਰੇ 'ਚ ਬੈਠ ਕੇ ਦੋ ਦੋ ਘੰਟੇ ਗੱਪਾਂ ਛੱਪਾਂ ਮਾਰਦੇ ਆ, ਦੂਜੇ ਪਾਸੇ ਵੈਸੇ ਸ਼ਸ਼ੀਕਾਂਤ ਜੀ ਨੇ ਸਾਰਾ ਦੱਸ ਹੀ ਦਿੱਤਾ ਕਿ ਉਹ ਇੱਧਰੋਂ ਬਾਹਰ ਖੜੇ ਹੋ ਜਾਂਦੇ ਆ, ਉੱਧਰ ਹੁੰਦੇ ਆ, ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਮਿਲ ਵੀ ਨਹੀਂ ਸਕਦੇ। ਅਤੇ ਇਸ ਕਰਕੇ ਮੈਂ ਇਹ ਸਮਝਾਂ, ਜੇ ਸਖਤੀ ਰੱਖਣੀ ਹੈ ਤਾਂ ਸਾਰਿਆਂ ਲਈ ਰੱਖੋ। ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ, ਪਿਕ ਐਂਡ ਚੂਜ਼ ਕਰੋਗੇ, ਔਰ ਸਿਕਿਉਰਿਟੀ ਨਾਲ ਵੀ ਅਤੇ ਸਾਰੀਆਂ ਚੀਜ਼ਾਂ ਨਾਲ ਸਮਝੌਤੇ ਕਰੋਗੇ, ਫਿਰ ਇਹ ਜੇਲ੍ਹਾਂ ਦਾ ਕੰਮ ਇਸ ਤਰ੍ਹਾਂ ਨਹੀਂ ਚੱਲ ਸਕਦਾ। ਇਸ ਲਈ ਤਾਂ ਸਖਤੀ ਤਾਂ ਉੱਥੇ ਕਾਨੂੰਨ ਤਾਂ ਹੁਣ ਵੀ ਹੈਗੇ ਆ, ਸਭ ਕੁਛ ਹੈਗਾ, ਜੇਲ੍ਹ ਮੈਨੂਅਲ ਵੀ ਹੈਗਾ, ਪਰ ਉਹਨੂੰ ਫੋਲੋ ਕੌਣ ਕਰਦਾ, ਕੌਣ ਕਰਵਾਏਗਾ? ਉਹਦੇ ਲਈ ਇਮਾਨਦਾਰੀ ਚਾਹੀਦੀ ਹੈ, ਉਹਦੇ ਲਈ ਸਖਤੀ ਚਾਹੀਦੀ ਹੈ, ਉਹਦੇ ਲਈ ਮਜ਼ਬੂਤੀ ਚਾਹੀਦੀ ਹੈ, ਉਹਦੇ ਲਈ ਇੱਛਾ ਸ਼ਕਤੀ ਚਾਹੀਦੀ ਹੈ, ਉਹ ਹੈ ਨਹੀਂ ਸਰਕਾਰਾਂ ਕੋਲ। ਹੁਣ ਤੁਸੀਂ ਦੇਖੋ ਵੀ ਪਹਿਲਾਂ ਜਿਹੜਾ ਸਰਕਾਰ ਕੋਲ ਹੈ, ਮੈਂ ਹੁਣ ਸਿੱਧਾ ਸਵਾਲ ਹੀ ਕਰਦਾ, ਕਿਹੜੀ ਸੂਬਾ ਸਰਕਾਰ ਕੋਲ ਜੇਲ੍ਹਾਂ ਨੂੰ ਸਾਫ਼ ਸੁਥਰਾ ਕਰਨ ਦੀ ਇੱਛਾ ਸ਼ਕਤੀ ਤੁਹਾਨੂੰ ਲੱਗਦਾ? ਕਈ ਸੂਬਿਆਂ 'ਤੇ ਤੁਹਾਡੀ ਵੀ ਸਰਕਾਰ ਹੈ, ਦੱਸੋ ਕਿੱਥੇ ਹਾਲਾਤ ਠੀਕ ਨੇ, ਕਿੱਥੇ ਪਹਿਲੇ ਨਾਲੋਂ ਬਿਹਤਰ ਹੋਏ ਨੇ? ਮੈਂ ਇਸ ਮਾਮਲੇ 'ਚ ਕਿਸੇ ਸਰਕਾਰ ਦੀ ਪ੍ਰਸ਼ੰਸਾ ਨਹੀਂ ਕਰਦਾ, ਕਿਸੇ ਦੀ ਨਿੰਦਾ ਨਹੀਂ ਕਰਦਾ, ਸਾਰਿਆਂ ਲਈ ਹੈ। ਔਰ ਜੇਲ੍ਹਾਂ ਦਾ ਬੁਰਾ ਹਾਲ ਬਾਕੀ ਜਗ੍ਹਾ ਵੀ ਹੈਗਾ, ਐਸੀ ਗੱਲ ਨਹੀਂ ਹੈ, ਅਤੇ ਜੇਲ੍ਹਾਂ 'ਚ ਜਿਹੜੇ ਲੋਕ ਬੈਠੇ ਆ, ਬੜੇ ਬੜੇ ਗੈਂਗਸਟਰ ਬੈਠੇ ਆ, ਹੁਣ ਮੈਂ ਨਾਮ ਲੈ ਕੇ ਨਹੀਂ ਦੱਸਣਾ ਚਾਹੁੰਦਾ, ਰੋਪੜ ਜੇਲ੍ਹ 'ਚ ਪਿੱਛੇ ਸਾਡੇ ਬੜੇ ਬੜੇ ਲੀਡਰ ਅਲੱਗ ਬੈਠ ਕੇ ਉਸ ਬੰਦੇ ਨੂੰ ਮਿਲ ਰਹੇ ਸੀ, ਬਹੁਤ ਬੜਾ ਮਾਫੀਆ ਸੀ ਉਹ, ਯੂਪੀ ਵਾਲੇ ਦੀ ਗੱਲ ਤਾਂ ਨਹੀਂ ਕਰ ਰਹੇ, ਉਸੇ ਦੀ ਗੱਲ ਹੈ, ਹੁਣ ਤੁਸੀਂ ਸਮਝ ਗਏ ਨਾ। ਅਤੇ ਉਹ ਮੈਂ ਬੋਲਿਆ ਨਹੀਂ, ਇੱਕ ਦਿਨ ਪਹਿਲਾਂ ਵੀ ਡਿਬੇਟ 'ਤੇ ਆਇਆ ਸੀ, ਅਤੇ ਮੈਂ ਕਿਹਾ ਵੀ ਮੈਂ ਕਿਹੜੇ ਲੋਕਾਂ ਦੇ ਨਾਂ ਲਵਾਂ, ਕੀ ਬੋਲਾਂ, ਸਾਡੇ ਲੋਕ ਕੀ ਉੱਥੇ ਜਾ ਕੇ ਵਿਵਹਾਰ ਕਰਦੇ ਆ, ਕਿਸ ਤਰ੍ਹਾਂ ਉਹਨੂੰ VVIP ਟ੍ਰੀਟਮੈਂਟ ਮਿਲਦੀ ਆ, ਕਿਸ ਤਰ੍ਹਾਂ ਕੀ ਖਬਰਾਂ? ਤਾਂ ਫਰੀਦਕੋਟ ਜੇਲ੍ਹ ਨੂੰ ਲੈ ਕੇ ਵੀ ਸੀਗੇ, ਜਦੋਂ ਕੁਸ਼ਲਦੀਪ ਢਿੱਲੋਂ ਨੂੰ ਲੈ ਕੇ ਕਈ ਚਰਚਾ ਹੋਈਆਂ ਸੀ ਕਿ ਰਾਜਾ ਭਈਆ ਆਏ, ਔਰ ਕਈ ਮੁਲਾਕਾਤ ਜਿਹੜੀ ਹੈ ਜੇਲ੍ਹ ਦੇ ਵਿੱਚ ਬਹੁਤ ਲੰਬੀ ਚੱਲੀ ਹੈ, ਉਹ ਸਾਰਾ ਕੁਝ ਆਇਆ ਸਾਹਮਣੇ ਉਹਦੇ 'ਤੇ। ਇਹ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਹੁੰਦੀਆਂ ਨੇ? ਅਤੇ ਜੇ ਕਾਨੂੰਨ ਦਾ ਰਾਜ ਹੋਵੇ, ਜੇ ਪੂਰੀ ਤਰ੍ਹਾਂ ਜੇਲ੍ਹ ਮੈਨੂਅਲ ਨੂੰ ਫੋਲੋ ਕੀਤਾ ਜਾਵੇ, ਜੇ ਸਾਰਾ ਕੁਛ ਠੀਕ ਕੀਤਾ ਜਾਵੇ, ਤਾਂ ਇਹ ਕਾਨੂੰਨ ਜਿਹੜੇ ਹੁਣ ਨੇ ਉਹੀ ਕਾਫੀ ਨੇ, ਉਹ ਸ਼ਸ਼ੀਕਾਂਤ ਜੀ ਬਿਹਤਰ ਦੱਸ ਦੇਣਗੇ। ਮੈਂ ਉਸੇ ਦਾ ਜਵਾਬ ਦੇਣਾ, ਸ਼ਸ਼ੀਕਾਂਤ ਜੀ ਅਗਰ ਮੈਂ ਠੀਕ ਹਾਂ ਕਿ ਤੁਸੀਂ ਤਾਂ ਯੂਪੀ ਵੀ ਬੜਾ ਲੰਬਾ ਸਮਾਂ ਆਪਣੇ ਬਚਪਨ ਦੇ ਦਿਨ 'ਚ ਰਹੇ, ਕਿਉਂਕਿ ਜੇ ਮੈਨੂੰ ਜਾਣਕਾਰੀ ਠੀਕ ਹੈ ਕਿ ਤੁਹਾਡੇ ਫਾਦਰ ਸਾਹਿਬ ਕਿਉਂਕਿ ਯੂਪੀ ਕੈਡਰ ਦੇ ਵਿੱਚ ਰਹੇ ਨੇ, ਸੋ ਲੱਗਦਾ ਕਿ ਹਾਲਾਤ ਯੂਪੀ ਬਿਹਾਰ ਤੋਂ ਜ਼ਿਆਦਾ ਬੁਰੇ ਪੰਜਾਬ 'ਚ ਨੇ ਜਾਂ ਸਾਰੀ ਜਗ੍ਹਾ ਹੀ ਹਾਲ ਹੈ? ਕਿਉਂਕਿ ਸਾਰੀ ਜੇਲ੍ਹਾਂ 'ਚ ਇਹੀ ਹਾਲ ਹੈਗਾ ਅਨਫੋਰਚੁਨੇਟਲੀ। ਉੱਥੇ ਕੀ ਹੈਗਾ, ਇੱਕ ਕੈਪਟਿਵ ਆਡੀਅੰਸ ਮਿਲ ਜਾਂਦੀ ਹੈਗੀ, ਉਹਨਾਂ ਨੂੰ ਕੈਪਟਿਵ ਗਰੁੱਪ ਮਿਲ ਜਾਂਦਾ ਹੈਗਾ, ਜਿਨ੍ਹਾਂ ਨੂੰ ਹਰ ਚੀਜ਼ ਦੀ ਲੋੜ ਹੈਗੀ ਹੈ, ਚਾਹੇ ਡਰੱਗ ਹੈਗਾ, ਚਾਹੇ ਚੰਗਾ ਖਾਣਾ ਹੈਗਾ। ਉੱਥੇ ਵੀ ਹਾਲ ਹੈ, ਇੱਥੇ ਵੀ ਹੈਗਾ, ਜਿਹੜੇ ਕੋਈ ਵੱਡੇ ਬੰਦੇ ਉਹਨਾਂ ਨੂੰ ਮਿਲਣ ਵਾਲੇ ਜਾਂਦੇ ਹੈਗੇ ਨੇ, ਡਰਾਈ ਫਰੂਟ ਅਤੇ ਦੂਜੇ ਫਰੂਟ ਲੈ ਜਾਂਦੇ ਹੈਗੇ ਨੇ, ਜਿਹੜੇ ਫਿਰ ਉਹ ਆਮ ਕੈਦੀਆਂ ਨੂੰ ਕਈ ਵਾਰੀ ਵੰਡੇ ਵੀ ਜਾਂਦੇ ਹੈਗੇ ਨੇ। ਅਨਫੋਰਚੁਨੇਟਲੀ ਸਾਰੀ ਜੇਲ੍ਹਾਂ 'ਚ ਇਹ ਹਾਲ ਹੈਗਾ। ਤੁਸੀਂ ਇੱਕ ਸਵਾਲ ਕੀਤਾ ਸੀ ਸੈਂਟਰਲ ਲਾਅ ਦਾ, ਗਰੇਵਾਲ ਸਾਹਿਬ ਨੇ ਠੀਕ ਕਿਹਾ ਹੈਗਾ ਕਿ ਬੇਸਿਕਲੀ ਸਟੇਟ ਸਬਜੈਕਟ ਹੈਗਾ, ਪਰ ਜੇ ਕਿਤੇ ਸੈਂਟਰਲ ਲਾਅ ਇਹਨੂੰ ਲਿਸਟ ਦੇ ਵਿੱਚ ਲਿਆ ਕੇ ਕਰ ਵੀ ਦੇ, ਇੰਨੇ ਸਾਰੇ ਹੋਰ ਸੈਂਟਰਲ ਲਾਅ ਹੈਗੇ, ਕੀ ਕਿਸੇ ਸੈਂਟਰਲ ਲਾਅ ਦੀ ਪੂਰੀ ਸਹੀ ਤਰੀਕੇ ਨਾਲ ਉਹਦੀ ਕੰਮ ਹੋ ਰਿਹਾ? ਉਹਦੇ ਹਿਸਾਬ ਨਾਲ NDPS ਦੇਖ ਲਓ ਤੁਸੀਂ, ਹਰ ਚੀਜ਼ ਦੇਖ ਲਓ, ਹਰ ਚੀਜ਼ ਨੂੰ ਘੁਮਾ ਫਿਰਾ ਕਰਕੇ ਜਿਹਦੀ ਜਿੱਥੇ ਜੋੜ ਪੈਂਦੀ ਹੈਗੀ
ਤੁਹਾਨੂੰ ਲੱਗਦਾ ਕਿ ਜਿਹੜੇ ਕੇਸ ਕਈ ਕੋਰਟ ਦੇ ਵਿੱਚ ਵੀ ਆਉਂਦੇ ਨੇ ਤੁਸੀਂ ਵੀ ਹੈਂਡਲ ਕਰਦੇ ਹੋ ਜਾਂ ਹੋਰ ਵੀ ਜੇ ਮਸਲਿਆਂ ਦੀ ਮੈਂ ਗੱਲ ਕਰਾਂ ਕਾਨੂੰਨ ਦੇ ਤੌਰ ਤੇ ਜੇਲ੍ਹਾਂ ਦੀ ਸੁਰੱਖਿਆ ਐਂਡ ਆਲ ਸਾਰੇ ਨੂੰ ਲੈ ਕੇ ਸੋ ਤੁਹਾਨੂੰ ਲੱਗਦਾ ਕਿ ਸਰਕਾਰ ਤੋਂ ਇਲਾਵਾ ਸ਼ਾਇਦ ਕੋਈ ਹੋਰ ਚੀਜ਼ ਹੈ ਜੋ ਇਹਨੂੰ ਦਰੁਸਤ ਕਰ ਸਕਦੀ ਹੈ ਕਾਨੂੰਨ ਦੇ ਤੌਰ ਤੇ? ਅਗਰ ਜੇ ਇਹ ਕਿਹਾ ਜਾਏ ਸਰਕਾਰ ਦੀ ਨੀਅਤ ਦੇਖਣੀ ਪਏਗੀ ਜਾਂ ਨੀਅਤ ਉਹਦੀ ਜਿਹੜੀ ਹੈ ਪੱਕੀ ਹੋਣੀ ਚਾਹੀਦੀ ਹੈ ਅਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕਿਉਂਕਿ ਸੁਧਾਰ ਤਾਂ ਹੀ ਆਉਣਾ। ਆਮ ਤੌਰ 'ਤੇ ਜੇਲ੍ਹਾਂ ਦੇ ਬਾਹਰ ਇਹ ਲਿਖਿਆ ਹੁੰਦਾ ਪੰਜਾਬ ਦੀਆਂ ਜੇਲ੍ਹਾਂ ਦੇ ਬਾਹਰ ਵੀ ਪਾਪੀ ਨੂੰ ਘਿਰਨਾ ਨਾ ਕਰੋ, ਪਾਪ ਨੂੰ ਘਿਰਨਾ ਕਰੋ। ਇਹ ਕਈ ਜੇਲ੍ਹਾਂ ਦੇ ਬਾਹਰ ਲਿਖਿਆ ਹੁੰਦਾ, ਕੈਪਸ਼ਨ ਦਿੱਤਾ ਹੁੰਦਾ, ਔਰ ਸੁਧਾਰ ਘਰ ਦਾ ਨਾਂ ਦਿੱਤਾ ਗਿਆ ਜੇਲ੍ਹ ਨੂੰ। ਅਗਰ ਜੇ ਇਹ ਦੇਖਿਆ ਜਾਏ ਇਹ ਸੁਧਾਰ ਘਰ ਇੰਨਾ ਕੁ ਬਿਮਾਰ ਹੋ ਚੁੱਕਾ ਜਿਹਦੇ ਲਈ ਅੰਗਰੇਜ਼ ਗੌਰਮੈਂਟ ਨੇ ਪੰਜਾਬ ਜੇਲ੍ਹ ਮੈਨੂਅਲ ਬਣਾਇਆ ਸੀ ਔਰ ਪ੍ਰੋਬੇਸ਼ਨ ਐਕਟ ਬਣਾਇਆ ਸੀ ਔਰ ਪ੍ਰਿਜ਼ਨ ਐਕਟ ਬਣਾਇਆ ਸੀ। ਉਹਨਾਂ ਦੀ ਇੰਪਲੀਮੈਂਟੇਸ਼ਨ ਉਹਨਾਂ ਦੇ ਰਾਜ ਵਿੱਚ ਹੁੰਦੀ ਰਹੀ ਔਰ ਬਿਹਤਰ ਹੁੰਦੀ ਰਹੀ। ਉਦੋਂ ਵੀ ਜੇਲ੍ਹਾਂ ਸਨ, ਉਦੋਂ ਵੀ ਕੈਦੀ ਸਨ, ਉਦੋਂ ਵੀ ਇਸੇ ਤਰ੍ਹਾਂ ਦੇ ਹੀ ਕੈਦੀ ਸਨ। ਅੱਜ ਜੇ ਕਿਸੇ ਇੱਕ ਵੀ ਸੱਜਣ ਨੂੰ ਜੇਲ੍ਹ ਦੇ ਵਿੱਚ ਪਾਇਆ ਜਾਂਦਾ ਤਾਂ ਉਹ ਤਿੰਨ ਚੀਜ਼ਾਂ ਉਹਦੇ ਵਿੱਚ ਸਾਹਮਣੇ ਉਗੜ ਕੇ ਆਉਂਦੀਆਂ। ਜਦੋਂ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਂਦਾ ਤਾਂ ਜਿਹੜੇ ਉੱਥੇ ਨਾਲ ਦੇ ਸਾਥੀ ਹੁੰਦੇ ਨੇ ਉਹਨਾਂ ਨੂੰ ਇਕਦਮ ਪਤਾ ਲੱਗ ਜਾਂਦਾ ਇਹ ਨਵਾਂ ਬੰਦਾ ਆਇਆ, ਪਹਿਲੀ ਵਾਰੀ ਓਫੈਂਸ 'ਚ ਆਇਆ। ਦੂਜੀ ਚੀਜ਼ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦੀ ਉਹਦੀ ਚਾਲ ਢਾਲ ਤੋਂ ਵੀ ਇਹ ਕਿੱਥੋਂ ਆਇਆ, ਕਿਵੇਂ ਆਇਆ, ਔਰ ਉਹਨੂੰ ਆਉਂਦੇ ਹੀ ਪੁੱਛ ਲੈਂਦੇ ਕਿਨਵਾਂ ਚੱਕਰ ਲਾਇਆ ਬਈ ਹੁਣ। ਅਤੇ ਤੀਜੀ ਚੀਜ਼ ਸਭ ਤੋਂ ਜਿਹੜੀ ਬਿਹਤਰ ਔਰ ਰੁਝਾਨ ਵਾਲੀ ਉਹ ਇਹ ਹੈ ਪੋਲੀਟੀਕਲ ਇਨਫਲੂਐਂਸ, ਜਿਹਦੇ 'ਤੇ ਸਭ ਤੋਂ ਪਹਿਲੇ ਖਬਰ ਹੋ ਜਾਂਦੀ ਹੈ ਵੀ ਇਹ ਜਿਹੜਾ VVIP ਆ ਰਿਹਾ ਨਾ ਇਸ ਦੇ ਵਿੱਚ ਇਹ ਚੀਜ਼ਾਂ ਨੇ ਔਰ ਇਹਦੇ ਤੋਂ ਅਸੀਂ ਕੰਮ ਦੇਖੋ ਕੰਮ ਕਰਾਉਣ ਦੀ ਜਿਹੜੀ ਹੈ ਲਗਨ ਉਹ ਹਰ ਇੱਕ ਦੇ ਵਿੱਚ ਹੁੰਦੀ ਹੈ ਔਰ ਹਰ ਬੰਦਾ ਸੋਚਦਾ ਮੇਰਾ ਕੰਮ ਹੋ ਜਾਏ, ਕੋਈ ਹੀਲਾ ਹੋ ਜਾਏ, ਕੋਈ ਵਸੀਲਾ ਹੋ ਜਾਏ, ਕਿਸੇ ਤਰ੍ਹਾਂ ਵੀ ਹੋ ਜਾਏ। ਇਹ ਜਿਹੜੇ ਹੀਲੇ ਵਸੀਲੇ ਆ ਨਾ ਇਹਨਾਂ ਨੂੰ ਜੇ ਅਸੀਂ ਸਾਹਮਣੇ ਰੱਖਣਾ ਤੇ ਫਿਰ ਕੋਈ ਸੁਧਾਰ ਨਹੀਂ। ਜੇ ਇਹਦਾ ਸਹੀ ਤੌਰ ਤੇ ਸਹੀ ਸੋਚ ਔਰ ਸੂਝਵਾਨਤਾ ਨਾਲ ਇਹਦਾ ਇਸਤੇਮਾਲ ਕਰਨਾ ਤਾਂ ਹੀਲੇ ਵਸੀਲਿਆਂ ਦੀ ਜ਼ਰੂਰਤ ਕਿਉਂ ਪਵੇ? ਸਾਰਿਆਂ ਲਈ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ ਔਰ ਸਾਰਿਆਂ ਦਾ ਜਿਹੜਾ ਵਿਵਹਾਰ ਹੈ ਉਹ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਆਮ ਤੌਰ 'ਤੇ ਇਹ ਕਿਹਾ ਜਾਂਦਾ ਜਿਹੜਾ ਬੰਦਾ ਇੱਕ ਵਾਰ ਜੇਲ੍ਹ ਜਾ ਆਵੇ ਉਹਦਾ ਹਿਸਾਬ ਇਸ ਤਰ੍ਹਾਂ ਦਾ ਹੋ ਜਾਂਦਾ, ਲੈ ਗਈ ਲੋਈ ਤੇ ਕੀ ਕਰੇਗਾ ਕੋਈ। ਇਹ ਚੀਜ਼ ਹੋ ਜਾਂਦੀ ਹੈ ਔਰ ਇਹ ਇੱਕ ਬੜੀ ਮੰਦਭਾਗੀ ਘਟਨਾ ਹੋ ਜਾਂਦੀ ਹੈ। ਸਾਡੀਆਂ ਮਾਂ ਜੋ ਕੋਰਟਾਂ ਜਿਹੜੀਆਂ ਬੇਲ ਦੇਣ ਵੇਲੇ ਮੇਰੇ ਸਾਥੀ ਵੀਰ ਨੇ ਕਿਹਾ ਵੀ ਉਹ ਇੰਨਾ ਕੁ ਗਰੇਜ਼ 'ਤੇ ਸੰਕੋਚ ਕਰਦੀਆਂ ਵੀ ਜਿਹਦੇ ਕਰਕੇ ਜੇਲ੍ਹਾਂ ਦੇ ਵਿੱਚ ਓਵਰ ਕਰਾਊਡਿੰਗ ਹੋ ਰਹੀ ਹੈ। ਔਰ ਕਈ ਵਾਰੀ ਤਾਂ ਇਹ ਕੋਈ ਜ਼ਮਾਨਾ ਸੀ ਜਦੋਂ ਮੈਂ ਵਕਾਲਤ ਸ਼ੁਰੂ ਕੀਤੀ ਸੀ 37 ਸਾਲ ਪਹਿਲਾਂ ਔਰ ਬੇਲ ਐਪਲੀਕੇਸ਼ਨ ਜਿਹੜੀ ਸੀ 10-15 ਦਿਨ ਦੇ ਵਿੱਚ ਡਿਸਾਈਡ ਹੋ ਜਾਂਦੀ ਸੀ। ਅੱਜ ਦੀ ਡੇਟ 'ਚ ਬੇਲ ਐਪਲੀਕੇਸ਼ਨ ਜਿਹੜੀ ਹੈ 3-3 ਮਹੀਨੇ ਦੀ ਡੇਟ ਲੈ ਜਾਂਦੀ ਹੈ ਔਰ ਜੇ 1 ਸਾਲ ਪੂਰਾ ਹੋ ਗਿਆ ਤਾਂ ਤੁਸੀਂ ਦੇਖ ਲਓ ਵੀ ਉਸ ਸਾਲ ਦਾ ਕੌਣ ਜ਼ਿੰਮੇਵਾਰ ਹੈ, ਸਿਸਟਮ, ਸਮਾਜ ਜਾਂ ਕੋਰਟ? ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੋਏਗਾ ਔਰ ਇਸ ਚੀਜ਼ ਨੂੰ ਦੇਖਣਾ ਚਾਹੀਦਾ ਔਰ ਸੋਚਣਾ ਚਾਹੀਦਾ, ਸਮਝਣਾ ਚਾਹੀਦਾ ਔਰ ਇਸ ਦੇ ਉੱਤੇ ਜਿਹੜੀਆਂ ਸਾਡੀਆਂ ਮਾਂ ਜੋ ਕੋਰਟਾਂ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਆ। ਜਿਵੇਂ ਜੋਤੀ ਬਾਸੂ ਦੇ ਕੇਸ 'ਚ ਹੋਇਆ ਸੀਗਾ ਵੀ ਇਲੀਗਲ ਅਰੈਸਟ ਐਂਡ ਡਿਟੈਂਸ਼ਨ ਦੇ ਉੱਤੇ ਕੀ ਗਾਈਡਲਾਈਨਸ ਜਿਹੜੀਆਂ ਆਈਆਂ ਸਨ, ਜੇ ਇਹ ਨਹੀਂ ਆਉਂਦੀਆਂ ਗਾਈਡਲਾਈਨਸ ਤਾਂ ਇਹ ਇੱਕ ਬੜੀ ਮੰਦਭਾਗੀ ਘਟਨਾ ਹੋਏਗੀ। ਅਜੇ 10 ਦਿਨ ਪਹਿਲੇ ਮੈਂ ਇੱਕ ਰਿਟ ਕੀਤੀ ਸੀ ਹਾਈਕੋਰਟ ਦੇ ਵਿੱਚ ਜਿਹਦੇ ਵਿੱਚ ਮਾਵਾਂ ਧੀਆਂ ਨੂੰ ਪੁਲਿਸ ਨੇ ਇਹ ਕਹਿ ਕੇ ਅੰਦਰ ਰੱਖ ਲਿਆ ਵੀ ਇਹਨਾਂ ਦੀ ਜਾਨ ਨੂੰ ਖਤਰਾ, ਔਰ ਜਦੋਂ ਹਾਈਕੋਰਟ ਦਾ ਰੇਡ ਹੋਇਆ ਔਰ ਉਹ ਰੇਡ ਦੇ ਵਿੱਚ ਉਹ ਇਲੀਗਲ ਡਿਟੈਂਸ਼ਨ ਪ੍ਰੂਵ ਹੋ ਗਈ ਵਾਰੰਟ ਆਫਿਸਰ ਦੀ ਰਿਪੋਰਟ ਤੋਂ ਔਰ ਉਸ ਰਿਪੋਰਟ ਦੇ ਵਿੱਚ ਇਹ ਚੀਜ਼ ਆਈ ਔਰ ਮਾਨਯੋਗ ਹਾਈਕੋਰਟ ਨੇ ਕੇਸ ਜਿਹੜਾ ਹੈ ਲਾਰਜਰ ਬੈਂਚ ਨੂੰ ਰੈਫਰ ਕਰ ਦਿੱਤਾ ਵੀ ਕੰਪਨਸੇਸ਼ਨ ਕੀ ਹੋਣਾ ਚਾਹੀਦਾ ਇਹਨਾਂ ਲਈ ਔਰ ਜਿਹੜੇ ਪੁਲਿਸ ਆਫਿਸਰਸ ਨੇ ਇਹ ਇਲੀਗਲ ਡਿਟੈਂਸ਼ਨ ਨੂੰ ਕਰਾਇਆ ਜਾਂ ਕੀਤਾ ਉਹਨਾਂ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ, ਇਹਦੇ ਉੱਤੇ ਦਿਸ਼ਾ ਨਿਰਦੇਸ਼ ਆਉਣੇ ਚਾਹੀਦੇ ਆ। ਹੁਣ ਦੇਖਣਾ ਇਹ ਪਏਗਾ ਇਹ ਲਾਰਜਰ ਬੈਂਚ ਕੀ ਕਰਦਾ। ਠੀਕ ਹੈ, ਕਲੀਅਰ ਸਰ। ਨਵਨੀਤ ਜੀ, ਦੋ ਚੀਜ਼ਾਂ ਇਹਦੇ 'ਚ ਬਹੁਤ ਜ਼ਰੂਰੀ ਨੇ। ਪਹਿਲੀ ਗੱਲ ਤਾਂ ਕਿ ਹੀਨੀਅਸ ਕ੍ਰਾਈਮਸ ਨੂੰ ਛੱਡ ਕੇ ਬੇਲ ਮੈਟਰ ਆਫ ਰਾਈਟ ਹੋਣਾ ਚਾਹੀਦਾ ਔਰ ਫਸਟ ਅਫੈਂਡਰ ਲਈ ਤਾਂ ਖਾਸ ਕਰਕੇ ਹੋਣਾ ਚਾਹੀਦਾ। ਤੁਸੀਂ ਪ੍ਰੀਵੀਅਸ ਉਹਦਾ ਰਿਕਾਰਡ ਦੇਖੋ, ਅਗਰ ਉਹਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤਾਂ ਹੀ ਇਜ਼ ਨਾਟ ਇਨ ਅ ਹੀਨੀਅਸ ਕ੍ਰਾਈਮ, ਤਾਂ ਬੇਲ ਮੈਟਰ ਆਫ ਰਾਈਟ ਹੋਣਾ ਚਾਹੀਦਾ। ਕਿਉਂਕਿ ਅਗਰ ਤੁਸੀਂ ਜੇਲ੍ਹਾਂ ਦੇ ਵਿੱਚ ਓਵਰ ਕਰਾਊਡਿੰਗ ਨੂੰ ਘਟਾਓਗੇ ਤਾਂ ਸਥਿਤੀ ਖੁਦ ਬ ਖੁਦ ਸ਼ਾਇਦ ਬਿਹਤਰ ਵਾਲੇ ਪਾਸੇ ਨੂੰ ਤੁਰ ਪਏਗੀ। ਬਿਲਕੁਲ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੇ ਲੋਕ ਆਲਰੇਡੀ ਜੇਲ੍ਹਾਂ ਦੇ ਵਿੱਚ ਹੈਗੇ ਨੇ ਜਾਂ ਉਹਨਾਂ ਦੀ ਸਜ਼ਾ ਖਤਮ ਹੋ ਚੁੱਕੀ ਹੈ, ਤੁਸੀਂ ਕਦੇ, ਮੈਂ ਕੋਰਟਾਂ ਦੇ ਵਿੱਚ ਰੋਜ਼ ਦੇਖਦਾ ਕਿ ਲੋਕਾਂ ਨੂੰ ਪੈਰੋਲ ਲੈਣ ਲਈ ਵੀ ਹਾਈਕੋਰਟ ਜਾਣਾ ਪੈ ਰਿਹਾ। ਬਿਲਕੁਲ। 15-15, 20-20 ਦਿਨ ਦੀ ਪੈਰੋਲ, ਜਿਹੜੀ ਕਿ ਸੁਪਰੀਡੈਂਟ, ਜੇਲ੍ਹ ਸੁਪਰੀਡੈਂਟ ਦੇ ਲੈਵਲ ਦਾ ਕੰਮ ਹੈ,
ਉਹਨਾਂ ਨੂੰ ਉਹਦੇ ਲਈ ਵੀ ਜਾਣਾ ਪੈ ਰਿਹਾ। ਔਰ ਸਭ ਤੋਂ ਮੰਦਭਾਗੀ ਗੱਲ ਉਦੋਂ ਹੋ ਜਾਂਦੀ ਜਦੋਂ ਕਿਸੇ ਦੇ ਪਰਿਵਾਰ ਦੇ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ, ਉਹਨਾਂ ਨੂੰ ਵੀ ਕਈ ਵਾਰੀ ਹਾਈਕੋਰਟ ਦਾ ਰੁੱਖ ਕਰਨਾ ਪੈਂਦਾ ਪੈਰੋਲ ਲੈਣ ਲਈ। ਇਹ ਸਿਸਟਮ ਨੀਚੇ ਜੇਲ੍ਹ ਡਿਪਾਰਟਮੈਂਟ ਦਾ ਹੋ ਚੁੱਕਿਆ। ਸੋ ਇਹ ਸਾਰੀ ਚੀਜ਼ਾਂ ਨੂੰ ਸੁਧਾਰਨ ਲਈ ਜਿੱਥੇ ਜੁਡੀਸ਼ੀਅਲ ਰਿਫਾਰਮ CRPC ਤੱਕ ਨੂੰ ਵੀ ਮੈਂ ਇਹ ਮੰਨਦਾ ਕਿ CRPC ਵੀ ਹੁਣ ਸਮੇਂ ਦੀ ਲੋੜ ਅਨੁਸਾਰ ਉਹਦੇ ਵਿੱਚ ਵੀ ਅਮੈਂਡਮੈਂਟਸ ਚਾਹੀਦੀਆਂ ਨੇ। ਪਰ ਹੁਣ ਅਗਰ ਆਪਾਂ ਦੇਖੀਏ ਕਿ ਦੋਨੋਂ ਚੀਜ਼ਾਂ ਸਾਈਡ ਬਾਏ ਸਾਈਡ ਇਕੱਠੀਆਂ ਚੱਲਣਗੀਆਂ, ਜੁਡੀਸ਼ੀਅਲ ਰਿਫਾਰਮਸ ਵੀ, ਪਰ ਸਰਕਾਰ ਨੂੰ ਵੀ ਇੱਛਾ ਸ਼ਕਤੀ ਦਿਖਾਉਣੀ ਪਊਗੀ। ਅਗਰ ਜੁਡੀਸ਼ੀਅਲ ਤੁਸੀਂ ਜਿੰਨੇ ਮਰਜ਼ੀ ਕਾਨੂੰਨ ਬਣਾ ਲਓ, ਕਾਨੂੰਨ ਅੱਜ ਵੀ ਜੇਲ੍ਹ ਡਿਪਾਰਟਮੈਂਟ 'ਚ ਬਹੁਤ ਨੇ, ਜੇਲ੍ਹ ਮੈਨੂਅਲ ਬਹੁਤ ਕੁਝ ਕਹਿੰਦਾ, ਬਟ ਜਿੰਨਾ ਚਿਰ ਸਰਕਾਰ ਦੀ ਆਪਣੀ ਇੱਛਾ ਸ਼ਕਤੀ ਨਹੀਂ ਹੈਗੀ, ਉਹਨਾਂ ਚਿਰ ਇਹ ਸਾਰੀਆਂ ਚੀਜ਼ਾਂ ਸਿਵਾਏ ਰੱਦੀ ਦੇ ਟੋਕਰੇ ਤੋਂ ਕੁਝ ਵੀ ਨਹੀਂ ਹੈਗੀਆਂ। ਇਹ ਲਾ ਸਾਰੀ ਗੱਲ ਇੱਛਾ ਉਹਦੀ ਆਉਣੀ ਹੈ ਜਦੋਂ ਇੱਛਾ ਸ਼ਕਤੀ ਹੋਣੀ ਹੈ। ਔਰ ਖਾਸ ਕਰਕੇ ਮੈਂ ਫੇਰ ਦੁਬਾਰਾ ਇਹ ਗੱਲ ਕਹੂੰਗਾ ਕਿ ਜਿਹੜੇ ਇਸ ਟਾਈਮ ਦੇ ਮੰਤਰੀ ਨੇ, ਸੁਖਜਿੰਦਰ ਰੰਧਾਵਾ ਜੀ, ਉਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਬਹੁਤ ਵੱਡੀ ਉਮੀਦ ਜਗਾਉਂਦੇ ਨੇ। ਮੈਂ ਤਾਂ ਸਿਰਫ ਇਹ ਗੱਲ ਕਹੂੰ ਜੇ ਕੁਝ ਕਰਕੇ ਦਿਖਾਉਣਾ ਚਾਹੁੰਦੇ ਨੇ ਤਾਂ ਬਾਕੀ ਸਿਆਸਤ ਨੂੰ ਛੱਡ ਦੇਣ, ਬਾਕੀ ਨੁਕਤਾਚੀਨੀ ਨੂੰ ਛੱਡ ਦੇਣ, ਆਪਣੇ ਡਿਪਾਰਟਮੈਂਟ ਨੂੰ ਹੀ ਇੱਕ ਬਿਹਤਰੀ ਵੱਲ ਲੈ ਜਾਣ। ਸ਼ਾਇਦ ਉਹਨਾਂ ਦੀ ਉਹਦੇ 'ਚ ਬਹੁਤ ਵਾਹਵਾ ਹੋ ਜੂ, ਜਿਹੜੀ ਉਹ ਵਾਹਵਾ ਸਿੱਖ ਸਿਆਸਤ 'ਚੋਂ ਕੱਢਣ ਨੂੰ ਫਿਰਦੇ ਨੇ, ਉਹਨਾਂ ਨੂੰ ਜੇਲ੍ਹ ਡਿਪਾਰਟਮੈਂਟ 'ਚ ਵੀ ਮਿਲ ਜਾਣੀ। ਹੁਣ ਤੱਕ ਕਿਹੜਾ ਜੇਲ੍ਹ ਮੰਤਰੀ ਕਹਿੰਦਾ ਕਿ ਜੇਲ੍ਹਾਂ ਨੂੰ ਲੈ ਕੇ ਮੈਂ ਕੰਮ ਤੇ ਬਹੁਤ ਕਰਿਆ? ਕਹਿੰਦੇ ਸਾਰੇ ਨੇ, ਪਰ ਹੁੰਦਾ ਕੀ ਉਹ ਤੁਹਾਨੂੰ ਵੀ ਪਤਾ? ਇਹ ਤਾਂ ਕਹਿੰਦੇ ਨਹੀਂ ਹੈਗੇ ਸਰਕਾਰ ਨੇ, ਉਸ ਤੋਂ ਪਹਿਲਾਂ ਵੀ ਸਰਕਾਰ ਵੀ ਜੇਲ੍ਹਾਂ ਦੇ ਵਿੱਚ ਕੀ ਸੁਧਾਰ ਆਇਆ ਦੱਸੋ। ਨਵਦੀਪ ਜੀ, ਰੰਧਾਵਾ ਸਾਹਿਬ ਤਾਂ ਬਿਆਨ ਹੀ ਨਹੀਂ ਦਿੰਦੇ ਨਾ ਜੇਲ੍ਹ ਨੂੰ ਲੈ ਕੇ, ਐਡੀ ਐਡੀ ਵੱਡੀਆਂ ਘਟਨਾਵਾਂ ਹੋ ਗਈਆਂ। ਤੁਸੀਂ ਮੈਨੂੰ ਦੱਸੋ ਕਦੇ ਉਹ ਪ੍ਰੈਸ ਬਰੀਫਿੰਗ ਲਈ ਸਾਹਮਣੇ ਆਏ ਕਿ ਆਹ ਕੰਮ ਹੋ ਗਿਆ, ਮੈਂ ਦੀ ਆਹ ਕੁਝ ਕਰ ਰਿਹਾ, ਇਨਕੁਆਇਰੀ ਹੋ ਰਹੀ ਹੈ, ਕੁਝ ਹੋ ਰਹੀ ਹੈ, ਕਦੇ ਵੀ ਨਹੀਂ। ਇਸ ਚੀਜ਼ ਤੋਂ ਸਾਇਲੈਂਟ ਫੜੇ ਜਾਂਦੇ, ਇਸ ਚੀਜ਼ ਤੋਂ ਸਾਇਲੈਂਟ ਨੇ। ਸੋ ਗੱਲ ਅੱਜ ਇੱਛਾ ਸ਼ਕਤੀ ਦੀ ਜ਼ਰੂਰ ਹੈਗੀ ਹੈ। ਮੈਂ ਫੇਰ ਦੁਬਾਰਾ ਕਹੂੰਗਾ ਕਿ ਜਿੰਨਾ ਚਿਰ ਇੱਕ ਪੋਲੀਟੀਸ਼ੀਅਨ ਦੇ ਵਿੱਚ, ਮਿਨਿਸਟਰ ਦੇ ਵਿੱਚ ਇੱਛਾ ਸ਼ਕਤੀ ਨਹੀਂ ਆਊਗੀ, ਤੁਸੀਂ ਜਿੰਨੇ ਮਰਜ਼ੀ ਕਾਨੂੰਨ ਬਣਾ ਲਓ, ਉਹਨਾਂ ਦਾ ਕੋਈ ਫਾਇਦਾ ਨਹੀਂ। ਇੱਛਾ ਸ਼ਕਤੀ ਨਾਲ ਹੀ ਇੰਪਲੀਮੈਂਟ ਹੋ ਸਕਦਾ। ਠੀਕ ਹੈ ਗਰੇਵਾਲ ਸਾਹਿਬ, ਇੱਛਾ ਸ਼ਕਤੀ ਦੀ ਜਿਹੜੀ ਗੱਲ ਇੱਥੇ ਆ ਰਹੀ ਹੈ ਕਿ ਚੁੱਕੀ ਇੱਕ ਮਜ਼ਬੂਤ ਕਾਨੂੰਨ ਦੀ ਗੱਲ ਹੋ ਗਈ, ਉਹ ਸ਼ਸ਼ੀਕਾਂਤ ਜੀ ਨੇ ਵੀ ਜ਼ਿਕਰ ਕਰਤਾ, ਪਰ ਮੈਂ ਇੱਕ ਚੀਜ਼ ਸਮਝਣੀ ਚਾਹ ਰਿਹਾ ਕਿ ਇੱਛਾ ਸ਼ਕਤੀ ਦੀ ਵਜ੍ਹਾ ਕੀ ਮੰਨੀ ਜਾਏ ਮੌਜੂਦਾ ਸਰਕਾਰ ਦੀ 2.5 ਸਾਲ ਦੀ, ਕਿਉਂਕਿ ਕੈਪਟਨ ਸਾਹਿਬ ਫੌਜੀ ਨੇ ਔਰ ਉਹ ਕਈ ਵਾਰੀ ਕਹਿੰਦੇ ਨੇ ਕਿ ਜਦੋਂ ਕੋਈ ਵੱਡੀ ਵਾਰਦਾਤ ਹੋ ਜਾਂਦੀ ਹੈ ਕਿ ਮੈਂ ਛੱਡਾਂਗਾ ਨਹੀਂ, ਮੈਂ ਫੌਜੀ ਬੰਦਾ, ਪਰ ਜਦੋਂ ਜੇਲ੍ਹਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਕਿੱਥੇ ਆ ਕੇ ਕਮੀ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਸ਼ਾਇਦ ਜੇ ਇਸ ਕਮੀ ਨੂੰ ਇੱਕ ਜਾਂ ਦੋ ਪੈਰਾਮੀਟਰਸ ਨੇ ਕਿ ਉਹਨਾਂ ਨੂੰ ਦੂਰ ਕਰ ਲਿਆ ਜਾਏ ਤਾਂ ਸਭ ਕੁਝ ਠੀਕ ਨਾ ਹੋਵੇ ਪਰ ਕੁਝ ਠੀਕ ਹੋ ਸਕਦਾ? ਸਰਕਾਰ ਦੀ ਜਿਹੜੀ ਕੋਆਰਡੀਨੇਸ਼ਨ ਆਪਸ 'ਚ ਮਿਨਿਸਟਰ ਦੀ, CM ਦੀ, ਉਹ ਬਹੁਤ ਕਮੀ ਹੈ ਔਰ ਮੈਂ ਸਮਝਦਾ ਇਹ ਤਾਲਮੇਲ ਨਾਲ ਸਰਕਾਰ ਨਹੀਂ ਚੱਲ ਰਹੀ। ਔਰ ਦੂਸਰਾ, ਜੋ ਇਹਨਾਂ ਨੂੰ ਫੈਸਲੇ ਲੈਣੇ ਚਾਹੀਦੇ ਆ, ਉਹਨਾਂ ਨੂੰ ਇੰਪਲੀਮੈਂਟ ਕਰਨਾ ਹੁੰਦਾ, ਉਹ ਵੀ ਇੰਪਲੀਮੈਂਟ ਕਰ ਨਹੀਂ ਪਾ ਰਹੇ। ਆ ਨਸ਼ਿਆਂ ਦੇ ਮਾਮਲੇ 'ਚ ਵੀ ਦੇਖ ਲਓ, ਜੇਲ੍ਹਾਂ ਦੇ ਮਾਮਲੇ 'ਚ ਦੇਖ ਲਓ, ਹਰ ਫਰੰਟ 'ਤੇ ਫੇਲ ਨੇ। ਅੱਛਾ, ਇੱਕ ਗੌਰਮੈਂਟ ਜਿਹੜੀ ਆ ਉਹ ਵੈਲਫੇਅਰ ਗੌਰਮੈਂਟ ਹੁੰਦੀ ਹੈ ਅਤੇ ਡੈਮੋਕ੍ਰੇਸੀ ਹੈ, ਉਹਦੇ 'ਚ ਇਹ ਕਹੀ ਜਾਣਾ ਹਰ ਵਾਰ ਸਾਡਾ ਖਜ਼ਾਨਾ ਖਾਲੀ ਆ, ਕੇਂਦਰ ਨੇ ਆਹ ਨਹੀਂ ਕੀਤਾ, ਕੇਂਦਰ ਨੇ ਉਹ ਨਹੀਂ ਕੀਤਾ, ਇਹ ਗੱਲਾਂ ਬਾਕੀ ਸਟੇਟ ਨਹੀਂ ਕਰਦੀਆਂ, ਸਿਰਫ ਇੱਕ ਦੋ ਜਗ੍ਹਾ 'ਤੇ ਹੀ ਹੋ ਰਿਹਾ, ਜਿਹਦੇ 'ਚ ਪੰਜਾਬ ਦਾ ਮੈਂ ਬਹੁਤ ਜ਼ਿਆਦਾ ਇਹ ਦੇਖ ਰਿਹਾ। ਜਦੋਂ ਕਿ ਇਹ ਮੁੱਖ ਮੰਤਰੀ ਪਹਿਲਾਂ ਮੁੱਖ ਮੰਤਰੀ ਰਹੇ ਨੇ ਔਰ ਵਿੱਤ ਮੰਤਰੀ ਰਹੇ ਨੇ, ਕਿ ਇਹਨਾਂ ਨੂੰ ਬਰਾਬਰ ਸਰਕਾਰ ਦੀ ਫੰਕਸ਼ਨਿੰਗ ਦੀ ਜਾਣਕਾਰੀ ਨਹੀਂ ਹੈ, ਤਾਂ ਇਸ ਕਰਕੇ ਸਰਕਾਰ ਹਰ ਫਰੰਟ 'ਤੇ ਫੇਲ ਆ। ਮੈਨੂੰ ਇਹ ਲੱਗਦਾ ਕਿ ਜੇਲ੍ਹਾਂ 'ਚ ਕੋਈ ਸੁਧਾਰ ਹੋਏਗਾ, ਕੋਈ ਦਰੁਸਤ ਕਰਨਗੇ ਕੰਮ, ਇਹ ਤਾਂ ਇਸ ਤੋਂ ਜ਼ਿਆਦਾ ਬੁਰਾ ਨਾ ਹੋਵੇ, ਇਹ ਇਸ ਤੋਂ ਬਚੇ ਤਾਂ ਇਹੀ ਬਹੁਤ ਅੱਛੀ ਗੱਲ ਆ। ਔਰ ਲਾਅ ਐਂਡ ਆਰਡਰ ਦੀ ਵੀ ਹਾਲਤ ਖਰਾਬ ਆ ਅਤੇ ਲੋਕਾਂ ਤੋਂ ਜਿਸ ਤਰ੍ਹਾਂ ਐਕਸਟੋਰਸ਼ਨ ਹੁੰਦੀ ਆ, ਜਿਸ ਤਰ੍ਹਾਂ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ, ਜਿਸ ਤਰ੍ਹਾਂ ਕ੍ਰਾਈਮ ਹੁੰਦੇ ਆ, ਉਹ ਸਾਰੇ ਰੁਕਣੇ ਚਾਹੀਦੇ ਆ। ਨਹੀਂ ਤਾਂ ਪੰਜਾਬ ਬਾਰਡਰ ਸਟੇਟ ਆ, ਇਹ ਇਸਦਾ ਜ਼ਰੂਰ ਕੋਈ ਨਾ ਕੋਈ ਗਲਤ ਅਸਰ ਹੋਏਗਾ ਔਰ ਇਸ ਦਾ ਜ਼ਰੂਰ ਧਿਆਨ ਦਿੱਤਾ ਜਾਣਾ ਚਾਹੀਦਾ। ਕੇਂਦਰ ਇਹਦੇ 'ਚ ਕਿੰਨਾ ਕੁ ਧਿਆਨ ਦੇਵੇ, ਕੀ ਕਰੇ ਕੇਂਦਰ, ਬਾਕੀ ਹੋਰ ਸਾਰੇ ਮਸਲੇ ਆ ਉਹਨਾਂ ਕੋਲ, ਬਹੁਤ ਸਾਰੇ ਸਬਜੈਕਟ ਨੇ। ਜੋ ਪੰਜਾਬ ਦਾ ਸਟੇਟ ਸਬਜੈਕਟ ਆ ਅਤੇ ਉਹ ਤਾਂ ਇਹਨਾਂ ਨੂੰ ਆਪ ਦੇਖਣਾ ਪਊਗਾ, ਇਹ ਖੁਦ ਦੇਖਣਾ ਕਰਨਾ ਪਊਗਾ। ਔਰ ਹਰ ਚੀਜ਼ ਵਾਸਤੇ ਇਹ ਕੇਂਦਰ ਦੀ ਤਰਫ ਦੇਖਣ ਜਾਂ ਦੂਸਰੇ ਲੋਕਾਂ ਤੋਂ ਸਮਝਣ ਦੀ ਕੋਸ਼ਿਸ਼ ਕਰਨ, ਤੇ ਫਿਰ ਤਾਂ ਮੈਂ ਨਹੀਂ ਸਮਝ ਆਉਂਦਾ ਕਿ ਕੋਈ ਕਦੇ, ਬਾਦਲ ਸਾਹਿਬ ਦੀ ਸਰਕਾਰ ਰਹੀ ਹੈ 10 ਸਾਲ, ਤੁਸੀਂ ਦੇਖਿਆ ਹੋਣਾ ਕਿ ਕਦੇ ਇਹ ਨਹੀਂ ਉਹਨਾਂ ਨੇ ਕਿਹਾ ਵੀ ਕੇਂਦਰ ਨੂੰ ਆ ਕਰੇ, ਕੇਂਦਰ ਤੋਂ ਬਿਨਾਂ ਮੈਂ ਆ ਨਹੀਂ ਕਰ ਸਕਦਾ। ਠੀਕ ਆ, ਕੁਛ ਲੋਕ ਆਲੋਚਨਾ ਵੀ ਕਰਦੇ ਆ, ਕਰਨੀ ਬਣਦੀ ਹੈ, ਡੈਮੋਕ੍ਰੇਸੀ ਸਭ ਦਾ ਰਾਈਟ ਆ, ਪਰ ਇਹ ਜਿਸ ਤਰ੍ਹਾਂ ਰੋਂਦੇ ਪਿੱਟਦੇ ਆ, ਇਸ ਤਰ੍ਹਾਂ ਦੀ ਗੱਲ ਨਾ ਹੋਇਆ ਕੀ? ਮਤਲਬ ਮੈਂ ਉਹ 10 ਸਾਲ ਦੀ ਵੀ ਗੱਲ ਕਰਾਂਗੇ, ਉਹਨਾਂ 10 ਸਾਲਾਂ 'ਚ ਹੋਇਆ ਕੀ? ਜੇ ਕੇਂਦਰ ਤੋਂ ਕੁਛ ਨਹੀਂ ਮੰਗਿਆ, ਪਰ ਪੰਜਾਬ ਦੇ ਵਿੱਚ ਜੇਲ੍ਹਾਂ ਨੂੰ ਲੈ ਕੇ ਬਿਹਤਰ ਹੋਇਆ ਕੀ? ਕਿਉਂਕਿ ਉਸ ਵੇਲੇ ਜੇਲ੍ਹਾਂ ਦੀ ਵੀ ਸਰਵਿਸ, ਮੈਂ ਉਹਨਾਂ ਤੋਂ ਵੀ ਜਵਾਬ ਲਵਾਂਗਾ, ਮੈਂ ਹੋਇਆ ਕੀ? ਮੈਂ ਜੇਲ੍ਹਾਂ ਦਾ ਕੁਛ ਬਿਹਤਰ ਹੋਇਆ ਜਾਂ ਬਾਕੀ ਹੋਇਆ ਉਹ ਨਹੀਂ ਕਹਿੰਦਾ, ਪੰਜਾਬ ਦੀ ਡਿਵੈਲਪਮੈਂਟ ਹੋਈ, ਵਿਕਾਸ ਹੋਇਆ। CM ਪੰਜਾਬ ਜਿਹੜੇ ਅੱਜ ਨੇ, ਇਹਨਾਂ ਨੇ ਖੁਦ ਬੰਬੇ ਜਾ ਕੇ ਕਿਹਾ ਇੰਡਸਟਰੀਲਿਸਟਾਂ ਨੂੰ ਕਿ ਪੰਜਾਬ ਦਾ ਇਨਫਰਾਸਟਰਕਚਰ ਦੇਸ਼ ਸਭ ਤੋਂ ਵਧੀਆ, ਤੇ ਉਹ ਕਿਹੜੀ ਸਰਕਾਰ ਨੇ ਕੀਤਾ ਜਿਹੜੀ 10 ਸਾਲ ਰਹੀ? ਔਰ
ਕਦੇ ਸੈਂਟਰ ਵੱਲ ਵੇਖਿਆ ਨਹੀਂ। ਪਰ ਮੇਰਾ ਸਵਾਲ ਇਹ ਕਿ 10 ਸਾਲ ਜਿਹੜੀ ਕਲੇਰ ਸਾਹਿਬ ਔਰ ਗਰੇਵਾਲ ਸਾਹਿਬ ਦੀ ਸਾਂਝੀ ਸਰਕਾਰ ਸੀ, ਉਸ ਵਿੱਚ ਬਿਹਤਰ ਵੀ ਕੀ ਹੋਇਆ? ਕਿਉਂਕਿ ਉਸ ਵੇਲੇ ਤੁਸੀਂ ਆਪ ਸਰਵਿਸ ਵਿੱਚ ਸੀਗੇ, ਬਿਹਤਰ ਹੋਇਆ ਕੀ, ਕੁਛ ਹੋਇਆ? ਦੇਖੋ ਇਹ ਸਵਾਲ ਜਿਹੜਾ ਹੈਗਾ ਹੈ ਪੋਲੀਟੀਕਲ ਹੈਗਾ ਹੈ, ਪਰ ਮੈਂ ਕਦੇ ਪੋਲੀਟਿਕਸ ਵਿੱਚ ਨਹੀਂ ਜਾਣਾ ਹੈਗਾ। ਮੈਂ ਸਮਝਦਾ ਇਹਦਾ ਸਵਾਲ ਜਿਹੜਾ ਹੈਗਾ ਜਾਂ ਸਾਡੇ ਵੱਖ ਵੱਖ ਜਿਹੜੇ ਪਾਰਟੀਸੀਪੈਂਟਸ ਹੈਗੇ ਨੇ ਪੈਨਲ ਜਿਹੜੇ ਪੋਲੀਟੀਕਲ ਪਾਰਟੀਸ ਨੂੰ ਹੈਗੇ ਨੇ ਉਹੀ ਦੇ ਸਕਦੇ ਹੈਗੇ ਨੇ, ਕਿਉਂਕਿ ਪੋਲੀਟਿਕਸ ਵਿੱਚ ਮੈਂ ਠੀਕ ਹੈ। ਪਰ ਇੱਕ ਗੱਲ ਤਾਂ ਹੈ ਕਿ ਜੇ ਜੋ ਨਸ਼ੇ ਦੀ ਗੱਲ ਆਉਂਦੀ ਹੈ ਜਾਂ ਬਾਕੀ ਸਮਾਨ ਹੋਰ ਜਿਹੜਾ ਜੇਲ੍ਹਾਂ ਦੇ ਵਿੱਚ ਮਿਲਦਾ, ਬਕਾਇਦਾ ਇੱਕ ਮੈਨਿਊ ਕਾਰਡ ਪਿਛਲੇ ਦਿਨੀ ਸਾਹਮਣੇ ਆਉਂਦਾ ਕਿ ਵੀ ਕਿਸ ਚੀਜ਼ ਦਾ ਕੀ ਰੇਟ ਹੈਗਾ। ਲੱਗਦਾ ਕਿ ਉਹਦੇ ਤੇ ਕਦੇ ਕੰਟਰੋਲ ਹੋ ਹੀ ਨਹੀਂ ਸਕਦਾ ਜਾਂ ਹੋ ਸਕਦਾ ਤੇ ਕਿਵੇਂ ਹੋ ਸਕਦਾ, ਕਿਉਂਕਿ ਇੱਕ ਬੜਾ ਆਮ ਲੋਕਾਂ ਨਾਲ ਜੁੜਿਆ ਮਸਲਾ। ਜੇ ਇੱਕ ਬੰਦਾ ਕਿਸੇ ਛੋਟੇ ਕ੍ਰਾਈਮ ਦੇ ਵਿੱਚ ਜੇਲ੍ਹ 'ਚ ਚਲਾ ਗਿਆ ਔਰ ਜਾਂ ਫਸ ਗਿਆ, ਅਮੂਮਨ ਜੈਸੀ ਕਹਿੰਦੇ ਹਾਂ, ਸੋ ਉਹਦੇ ਲਈ ਤਾਂ ਬੜਾ ਮੁਸ਼ਕਿਲ ਹੋ ਜਾਂਦਾ ਉੱਥੇ ਰਹਿਣਾ, ਕਿਉਂਕਿ ਉੱਥੇ ਬਾਕੀ ਸਹੂਲਤਾਂ ਲਈ ਸਮਾਨ ਦੇ ਲਈ ਪੈਸੇ ਦੇਣੇ ਪੈਂਦੇ, ਇਹ ਸਾਰਿਆਂ ਨੂੰ ਪਤਾ। ਪਰ ਜੇ ਨਹੀਂ ਵੀ ਦਿੰਦਾ ਤੇ ਕਈ ਵਾਰ ਇਹ ਵੀ ਖਬਰ ਆਉਂਦੀਆਂ ਕਿ ਅੰਦਰ ਤਾਂ ਵੀ ਉਹਦਾ ਕੁਟਾਪਾ ਚਲੇਗਾ ਕਿ ਪੈਸੇ ਦਿਓ, ਸਮਾਨ ਮੰਗਾਓ ਜੋ ਤੁਹਾਨੂੰ ਚਾਹੀਦਾ। ਹਾਂ, ਇਸ ਤਰ੍ਹਾਂ ਦੀ ਹਰਕਤਾਂ ਜਿਹੜੀ ਹੈਗੀਆਂ ਨੇ ਹੁੰਦੀਆਂ ਹੈਗੀਆਂ ਨੇ। ਮੈਨੂੰ ਪਤਾ ਹੈ ਕਿ ਮੇਰੇ ਕੋਲ ਜਾਣ ਪਛਾਣ ਦਾ ਬੰਦਾ ਸੀ, ਉਹਦਾ ਬੇਟਾ ਕਿਸੇ ਮਾਮੂਲੀ ਜਿਹਾ ਕੇਸ, ਲੜਾਈ ਝਗੜੇ ਦਾ ਸੀ, ਸ਼ਾਇਦ ਅੰਮ੍ਰਿਤਸਰ ਜੇਲ੍ਹ ਚਲਾ ਗਿਆ ਤੇ ਉਹਨੂੰ ਕਿਹਾ ਗਿਆ ਕਿ ਤੂੰ ਕਿਸ ਬੈਰਕ ਵਿੱਚ ਰਹਿਣਾ ਹੈਗਾ, ਇਸ ਬੈਰਕ ਦਾ ਇਹ ਚਾਰਜਿਸ ਹੈਗੇ ਨੇ, ਇਸ ਬੈਰਕ ਦਾ ਇਹ ਚਾਰਜਿਸ ਹੈਗੇ, ਜੇ ਤੁਹਾਨੂੰ ਦਾਲ ਦੇ ਤੜਕਾ ਲਾਣਾ ਹੈਗਾ ਤਾਂ ਉਹਦੇ ਇੰਨੇ ਪੈਸੇ। ਅਨਫੋਰਚੁਨੇਟਲੀ ਸਾਰੀ ਚੀਜ਼ਾਂ ਹੈਗੀਆਂ ਨੇ। ਮੈਂ ਸਮਝਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਹੈ ਕਿ ਇਹਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈਗਾ। ਬੇਸਿਕ ਸਵਾਲ ਹੈਗਾ ਓਪਨਨੈਸ ਦਾ। ਜੇਲ੍ਹ ਦਾ ਪੂਰਾ ਇੱਕ ਸਮਰਾਜ ਜਿਹੜਾ ਹੈਗਾ ਉਹ ਇੱਕ ਦੂਜੀ ਦੁਨੀਆ ਹੈਗੀ ਹੈ, ਜੇ ਕਿ ਸਾਡੀ ਦੁਨੀਆ ਤੋਂ ਬਿਲਕੁਲ ਵੱਖ ਹੈਗੀ ਹੈ, ਕਿਉਂਕਿ ਉੱਥੇ ਸਾਰੇ ਬੰਦੇ ਜਿਹੜੇ ਹੈਗੇ ਨੇ ਚਾਰ ਦੀਵਾਰੀ ਦੇ ਵਿੱਚ ਹੈਗੇ ਤੇ ਉਹਨਾਂ ਦੀ ਆਵਾਜ਼ ਬਾਹਰ ਨਹੀਂ ਜਾ ਸਕਦੀ ਹੈਗੀ ਹੈ। ਐਜ਼ ਐਨ ਐਕਸਪੈਰੀਮੈਂਟ ਅਸੀਂ ਜਦੋਂ ਮੈਂ ਨੌਕਰੀ 'ਚ ਸੀ ਅਸੀਂ ਸ਼ੁਰੂ ਕੀਤਾ ਸੀ ਕਿ ਰੈਗੂਲਰ ਖੇਡਾਂ ਦਾ ਸਮਾਰੋਹ ਜਾਂ ਗਾਣ ਵਜਾਣੇ ਦਾ ਦੂਸਰਾ ਕਲਚਰਲ ਸੰਮੇਲਨ, ਉਹਦੇ 'ਚ ਸ਼ਹਿਰ ਦੇ ਜਿਹੜੇ ਕੁਛ ਇੰਟਲੈਕਚੁਅਲਸ ਹੁੰਦੇ ਸਨ ਉਹਨਾਂ ਨੂੰ ਅਸੀਂ ਸੱਦੇ ਸੀ ਔਰ ਇਹ ਵੀ ਕਹਿੰਦੇ ਸੀ ਕਿ ਯੂ ਆਰ ਫ੍ਰੀ ਹੇਅਰ, ਤੁਸੀਂ ਜਿਹੜੇ ਬੰਦੇ ਹੈਗੇ ਤੁਸੀਂ ਗੱਲਬਾਤ ਕਰੋ। ਉਹਦਾ ਇੱਕ ਡੈਟਰੈਂਸ ਹੋਇਆ ਸੀ। ਮੇਰਾ ਕਹਿਣਾ ਇਹ ਹੈਗਾ ਕਿ ਹੁਣ ਦੀ ਸਰਕਾਰ ਹੈ, ਜਿਹੜੀ ਵੀ ਸਰਕਾਰ ਇੱਥੇ ਆਏ, ਕਿਸੇ ਇੱਕ ਜਿਹੜੇ ਇੰਟਲੈਕਚੁਅਲਸ ਹੈਗੇ ਨੇ ਉਹਨਾਂ ਦਾ ਗਰੁੱਪ ਹੋਣਾ ਚਾਹੀਦਾ ਹੈਗਾ, ਜਿਹੜਾ ਕਿ ਲਗਾਤਾਰ ਸਮੇਂ ਸਮੇਂ ਤੇ ਜਾ ਕੇ ਜੇਲ੍ਹ ਦੇ ਜਿਹੜੇ ਬੰਦੀ ਹੈਗੇ ਨੇ ਉਹਦਾ ਇੰਟਰੈਕਸ਼ਨ ਕਰੇ। ਹਾਂ, ਹਰ ਬੰਦੇ ਨੂੰ ਹਰ ਵਾਰੀ ਨਵਾਂ ਬੰਦਾ ਜਾਣਾ ਚਾਹੀਦਾ ਹੈਗਾ, ਵਰਨਾ ਉਹਦੇ ਵਿੱਚ ਵੀ ਰੈਕਟ ਹੋ ਜਾਏਗਾ। ਜੇਲ੍ਹਾਂ ਦੇ ਵਿੱਚ ਜਿਸ ਤਰ੍ਹਾਂ ਡਿਸਟ੍ਰਿਕਟ ਲੈਵਲ 'ਚ ਕਮੇਟੀ ਹੁੰਦੀ ਹੈਗੀ ਹੈ, ਡੀਸੀ ਹੁੰਦਾ, ਐਸਐਸਪੀ ਵਗੈਰਾ ਹੁੰਦਾ, ਉਹਨਾਂ ਨੂੰ ਹੁੰਦਾ ਹੈਗਾ ਤੂੰ ਜਾ ਕੇ ਰੈਗੂਲਰਲੀ ਜਾ ਕੇ ਉੱਥੇ ਨਾਲ ਚਰਚਾ ਕਰੋਗੇ। ਮੈਂ ਤਾਂ ਨਹੀਂ ਕਦੇ ਵੇਖਿਆ ਕਦੇ ਕੋਈ ਉੱਥੇ ਗਿਆ ਹੈਗਾ। ਆਮ ਤੌਰ 'ਤੇ ਹੁੰਦਾ ਹੈਗਾ ਜੇਲ੍ਹ ਸੁਪਰਿੰਟੈਂਡੈਂਟ ਦੇ ਆਫਿਸ ਦੇ ਵਿੱਚ ਬਹਿ ਕੇ ਦੋ ਇੱਕ ਬੰਦੇ ਨਾਲ ਗੱਲ ਕੀਤੀ, ਗੱਲ ਜਿਹੜੀ ਹੈਗੀ ਉੱਥੇ ਨਿਬੜ ਜਾਂਦੀ ਹੈਗੀ ਹੈ। ਵੀ ਰਿਕੁਆਇਰ ਸਰਟਨ ਅਮਾਊਂਟ ਆਫ ਓਪਨਨੈਸ ਵਿਦ ਇਨ ਦ ਪ੍ਰੈਜੈਂਸ ਔਰ ਸਰਕਾਰਾਂ ਦੀ ਪਾਲਿਸੀਆਂ ਕਿ ਜੀ ਹੁਣ ਹਾਈਕੋਰਟ ਵੱਲੋਂ ਨਿਰਦੇਸ਼ ਹੋਇਆ ਹੈਗਾ ਨਸ਼ਾਬੰਦੀ ਕਰਨੀ ਹੈਗੀ ਹੈ, 35,000 ਡੱਕ ਦਿਓ, ਜਿਹੜਾ ਬੰਦਾ ਮਿਲਿਆ ਡੱਕ ਗਿਆ, 8,000 ਡੱਕ ਦਿਓ, ਦੈਟ ਕਾਇੰਡ ਆਫ ਥਿੰਗ ਸ਼ੁੱਡ ਨਾਟ ਬੀ ਦੇਅਰ। ਐਂਡ ਕਲੇਅਰ ਸਾਹਿਬ ਨੇ ਇੱਕ ਹੋਰ ਜਿਹੜੀ ਕਹੀ ਗੱਲ ਹੈਗੀ ਹੈ ਕਿ ਇਹ ਜਿਹੜਾ ਹੈਗਾ ਬੇਲ ਸ਼ੁੱਡ ਬੀ ਅ ਮੈਟਰ ਆਫ ਰਾਈਟ, ਜਿਹੜੇ ਸੀਨੀ ਹੀਡੀਅਸ ਆਫੈਂਸਿਸ ਹੈਗੇ ਨੇ, ਯੈਸ ਦੈਟਸ ਅ ਡਿਫਰੈਂਟ ਥਿੰਗ, ਅਦਰਵਾਈਜ਼ ਸ਼ੁੱਡ ਬੀ ਅ ਮੈਟਰ ਆਫ ਰਾਈਟ। ਠੀਕ ਹੈ, ਪਟੀ ਸਾਹਿਬ ਕੁਝ ਕਹਿਣਾ ਚਾਹੁੰਦੇ? ਨਵਨੀਤ, ਇੱਕ ਚੀਜ਼ ਇੱਥੇ ਮੈਂ ਕਹਿਣੀ ਚਾਹਾਂਗਾ, ਜਦੋਂ ਬ੍ਰਿਟਿਸ਼ ਗਵਰਨਮੈਂਟ ਦੀਆਂ ਜੇਲ੍ਹਾਂ ਸੀਗੀਆਂ ਉਹਨਾਂ ਦੇ ਵਿੱਚ ਇਹ ਚੀਜ਼ ਦੇਖੀ ਜਾਂਦੀ ਸੀ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਨਾ ਹੋਵੇ, ਔਰ ਬਿਨਾਂ ਕਿਸੇ ਕਾਨੂੰਨ ਦੇ ਦੇਖੀ ਜਾਂਦੀ ਸੀ। ਉਦੋਂ ਹਿਊਮਨ ਰਾਈਟਸ ਦਾ ਕਨਸੈਪਟ ਜਿਹੜਾ ਨਾ ਉਹ ਜਨਮ ਹੀ ਨਹੀਂ ਸੀ ਲੈ ਸਕਿਆ ਜਦੋਂ ਦਾ ਇਹ ਚੀਜ਼ ਆਈ ਹੈ। ਉਦੋਂ ਮਿਨੀਮਮ ਵੇਜਿਸ ਐਕਟ ਜਿਹੜੇ ਸੀ ਉਹ ਚੱਲਦੇ ਸੀਗੇ, ਔਰ ਮਿਨੀਮਮ ਵੇਜਿਸ ਐਕਟ ਦਾ ਮਤਲਬ ਇਹ ਹੁੰਦਾ ਸੀ ਵੀ ਜਿਹੜਾ ਬੰਦਾ ਅੰਦਰ ਹੈ ਉਹ ਆਪਣੀ ਜਿਹੜੀ ਹੈ ਲਾਈਵਲੀਹੁੱਡ ਉਹਦੇ ਨਾਲ ਚੱਲ ਸਕਦਾ, ਔਰ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਸੀ। ਜੇਲ੍ਹਾਂ ਦੀਆਂ ਫੈਕਟਰੀਆਂ ਹੁੰਦੀਆਂ ਸੀ, ਫੈਕਟਰੀਆਂ 'ਚ ਸਮਾਨ ਬਣਦਾ ਸੀ, ਸਮਾਨ ਜਿਹੜਾ ਸੀ ਵੇਚਿਆ ਜਾਂਦਾ ਸੀਗਾ ਮਾਰਕੀਟ 'ਚ, ਔਰ ਉਹਦੇ ਤੋਂ ਜੋ ਕਮਾਈ ਹੁੰਦੀ ਸੀਗੀ ਉਹਦੇ ਨਾਲ ਜੇਲ੍ਹ ਪ੍ਰਬੰਧ ਤੇ ਪ੍ਰਬੰਧਨ ਦੋਨੋਂ ਜਿਹੜੇ ਚੱਲਦੇ ਸੀਗੇ ਔਰ ਆਪਣੇ ਹਿਸਾਬ ਨਾਲ ਇਸ ਤਰ੍ਹਾਂ ਚੱਲਦੇ ਸੀਗੇ ਵੀ ਇੱਕ ਜੇ ਇਹ ਕਹੀਏ ਵੀ ਕਿਉਂ ਖਿਚੜੀ ਵਾਲਾ ਕੰਮ ਸੀਗਾ ਐਡਮਿਨਿਸਟ੍ਰੇਸ਼ਨ ਦਾ, ਤੇ ਜਿਹੜੇ ਅੰਦਰ ਡਿੱਕੇ ਹੋਏ ਕਨਵਿਕਟ ਸੀਗੇ ਜਾਂ ਅੰਡਰ ਟ੍ਰਾਇਲ ਸੀਗੇ ਇਹਦੇ ਵਿੱਚ ਕੋਈ ਅਤਕਥਨ ਵੀ ਨਹੀਂ। ਔਰ ਮੇਰਾ ਖਿਆਲ ਹੈ ਮੇਰੇ ਵੀਰ ਸ਼ਸ਼ੀਕਾਂਤ ਜੀ ਇਸ ਗੱਲ ਨਾਲ ਸਹਿਮਤ ਹੋਣਗੇ, ਇਹ ਫੈਕਟਰੀਆਂ ਕਿਉਂ ਬੰਦ ਹੋ ਗਈਆਂ, ਇਹਨਾਂ ਦਾ ਸਮਾਨ ਕਿਉਂ ਨਹੀਂ ਵਿਕਦਾ, ਔਰ ਜੇ ਇਹ ਕਿਹਾ ਜਾਏ ਜਿਹੜੀ ਰੋਪੜ ਵਾਲੀ ਨਹਿਰ ਹੈ ਜਿੱਥੋਂ ਤੱਕ ਸੁਣਨ ਨਹੀਂ ਚਾਹੁੰਦਾ, ਇਹ ਨਹਿਰ ਜਿਹੜੀ ਸੀ ਜਿਹੜੇ ਅੰਗਰੇਜ਼ਾਂ ਦੇ ਵੇਲੇ ਦੇ ਕੈਦੀ ਸਨ ਉਹਨਾਂ ਨੇ ਇਹ ਖੋਦੀ ਸੀ, ਉਹਨਾਂ ਨੂੰ ਉਜ਼ਰਤ ਦਿੱਤੀ ਗਈ ਸੀ ਔਰ ਸਹੀ ਉਜ਼ਰਤ ਦਿੱਤੀ ਜਾਂਦੀ ਸੀ। ਅੱਜ ਉਹਨਾਂ ਨੂੰ ਮਿਨੀਮਮ ਵੇਜਿਸ ਐਕਟ ਵੀ ਨਹੀਂ ਦਿੱਤੇ ਜਾਂਦੇ, ਜਿਸ ਨਾਲ ਬੜੀ ਵੱਡੀ ਫਰਸਟ੍ਰੇਸ਼ਨ ਆ ਰਹੀ ਹੈ, ਔਰ ਇਸ ਚੀਜ਼ ਦੇ ਉੱਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਅਗਰ ਜੇ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾਵਾਂਗਾ, ਇੱਥੇ ਮੇਰੇ ਕੋਲ ਇੱਕ ਕੇਸ ਐਸਾ ਆਇਆ ਜਿਹਦੇ ਵਿੱਚ ਬੰਦੇ ਨੇ ਆ ਕੇ ਮੈਨੂੰ ਦੱਸਿਆ ਜੀ ਮੈਂ ਕੈਦ ਕੱਟ ਕੇ ਬਾਹਰ ਆ ਗਿਆ ਤੇ ਤੁਸੀਂ ਮੈਨੂੰ ਬਾਹਰ ਕਿਉਂ ਲਿਆਂਦਾ,
ਮੈਂ ਉਹਨੂੰ ਇਹ ਪੁੱਛਿਆ ਵੀ ਤੇਰੇ ਨਾਲ ਕਿਹੜੀ ਏਡੀ ਜਾਤੀ ਹੋ ਗਈ ਹੈ ਵੀ ਤੂੰ ਬਾਹਰ ਆ ਗਿਆ, ਚੰਗੀ ਗੱਲ ਹੈ। ਕਹਿੰਦਾ ਜੀ ਮੇਰਾ ਘਰ ਹੀ ਉਜੜ ਗਿਆ, ਮੇਰੀ ਵਾਈਫ ਹੀ ਨਹੀਂ ਮਿਲਦੀ ਪਈ, ਮੇਰੇ ਬੱਚੇ ਹੀ ਨਹੀਂ ਮਿਲਦੇ ਪਏ, ਤੇ ਮੈਂ ਕਿੱਥੇ ਜਾਵਾਂ। ਮੈਂ ਕਿਹਾ ਫਿਰ ਤੂੰ ਅੱਜ ਕੱਲ ਕਰਦਾ ਕੀ ਹੈ? ਕਹਿੰਦਾ ਜੀ ਮੈਂ ਅੱਜ ਕੱਲ ਕਿਸੇ ਨਾ ਕਿਸੇ ਧਰਮ ਸਥਾਨ ਤੇ ਚੱਲ ਜਾਂਦਾ, ਉਹਨਾਂ ਦੀ ਤਲਾਸ਼ ਕਰ ਰਿਹਾ, ਔਰ ਮੈਂ ਉੱਥੇ ਪਾਠ ਪੂਜਾ ਕਰ ਲੈਂਦਾ, ਲੰਗਰ ਪਾਣੀ ਉੱਥੋਂ ਛਕ ਲੈਂਦਾ, ਕੰਮ ਮੇਰੇ ਕੋਲ ਕੋਈ ਹੈ ਨਹੀਂ, ਔਰ ਮੈਂ ਦੱਸੋ ਜੀ ਕਿੱਥੇ ਜਾਵਾਂ। ਇਹ ਉਹਨੇ ਇੱਕ ਬੜਾ ਵੱਡਾ ਸਵਾਲ ਕੀਤਾ ਸੀ। ਯਾਨੀ ਕਿ ਸੁਧਾਰਗਰ ਜਿਹਨੂੰ ਕਿਹਾ ਜਾਂਦਾ ਉਹ ਸ਼ਾਇਦ ਹੁਣ ਸੁਧਾਰਗਰ ਰਹਿ ਨਹੀਂ ਗਏ, ਰਹਿ ਨਹੀਂ ਗਏ। ਫਿਰ ਕਿਵੇਂ ਇਹਨੂੰ ਦਰੁਸਤ ਕੀਤਾ ਜਾਏ? ਇਸ ਦੀ ਦਰੁਸਤੀ ਦੀ ਇਸ ਲਈ ਜ਼ਰੂਰਤ ਹੈ ਕਿ ਜਿਹੜਾ ਜੇਲ੍ਹ ਮੈਨੂਅਲ ਅੰਗਰੇਜ਼ਾਂ ਨੇ ਬਣਾਇਆ ਸੀਗਾ, ਜੇ ਉਹ ਅੱਜ ਵੀ ਸਹੀ ਹੈ, ਅੱਜ ਵੀ ਉਹਦਾ ਪ੍ਰਚਲਨ ਹੈ, ਤੇ ਉਹਦੀ ਸਹੀ ਇੰਪਲੀਮੈਂਟੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਔਰ ਜਿੰਨੇ ਵੀ ਵੀਰ ਅੰਦਰ ਬੈਠੇ ਨੇ ਜਾਂ ਭੈਣਾਂ ਅੰਦਰ ਬੈਠੀਆਂ ਨੇ, ਉਹਨਾਂ ਦੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ ਕਿਸੇ ਵੀ ਤਰ੍ਹਾਂ ਨਾਲ, ਔਰ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਹੈ, ਅਗਰ ਜੇ ਉਹ ਹੋਏਗਾ ਤੇ ਜੇਲ੍ਹ ਪ੍ਰਬੰਧਨ ਜਿਹੜਾ ਕਦੀ ਵੀ ਸੁਧਾਰ ਹੀ ਨਹੀਂ ਆਏਗਾ। ਇਸ ਲਈ ਸੁਧਾਰ ਲਿਆਉਣ ਦੀ ਖਾਤਰ ਜਿਹੜੇ ਉਹਨਾਂ ਦੇ ਹਿਊਮਨ ਰਾਈਟਸ ਹੈ, ਉਹਨਾਂ ਦੀਆਂ ਫੀਲਿੰਗਸ ਹੈ, ਉਹਨਾਂ ਦਾ ਸੋਸ਼ਲ ਮਿਕਸਅਪ ਵਿਦ ਦੀ ਸੋਸਾਇਟੀ ਹੈ, ਉਹ ਜ਼ਰੂਰੀ ਹੈ, ਹੋਣਾ ਚਾਹੀਦਾ। ਸਰਕਾਰ ਨੂੰ ਤਵੱਜੋ ਦੇ ਅਖੀਰਲੇ ਕਮੈਂਟ ਲੈ ਲੈਣਾ ਅਗਰਵਾਲ ਸਾਹਿਬ, ਇਸ ਪੂਰੀ ਚਰਚਾ ਤੇ ਕੀ ਲੱਖ ਮੈਂ ਮਤਲਬ ਅੱਜ ਜ਼ਰੂਰੀ ਨਹੀਂ ਕਿ ਚਰਚਾ ਦਾ ਮਤਲਬ ਰੌਲਾ ਪੈਣਾ ਹੀ ਹੋਵੇ, ਪਰ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਸਵਾਲਾਂ ਦੇ ਘੇਰੇ ਚ ਨੇ, ਔਰ ਇਸ ਕਰਕੇ ਕਿਵੇਂ ਬਿਹਤਰ ਕੀਤਾ ਜਾਏ, ਲੋਕ ਕਿਵੇਂ ਇਹਨੂੰ ਸਮਝਣ ਕਿ ਹੋ ਕਿਵੇਂ ਸਕਦਾ, ਇਸ ਕਰਕੇ ਚਰਚਾ ਅੱਜ ਰੱਖੀ ਗਈ ਹੈ। ਸੋ ਅਖੀਰਲਾ ਕਮੈਂਟ ਮੈਂ ਤੁਹਾਡਾ ਚਾਹਾਂਗਾ। ਦੇਖੋ ਜੋ ਕੁਛ ਚੀਜ਼ਾਂ ਦੱਸਿਆ ਸ਼ਿਕਾਂਤ ਜੀ ਨੇ ਕਿਹਾ, ਜੋ ਇਹਨਾਂ ਦੇ ਟਾਈਮ ਤੇ ਸ਼ੁਰੂ ਹੋਇਆ ਸੀ, ਬਾਹਰ ਦੇ ਲੋਕਾਂ ਦਾ ਜਿਹੜੇ ਵਿਦਵਾਨ ਨੇ ਉਹਨਾਂ ਦਾ ਇੰਟਰੈਕਸ਼ਨ, ਸਪੋਰਟਸ ਕਰਵਾਉਣਾ, ਹੋਰ ਕਲਚਰਲ ਪ੍ਰੋਗਰਾਮ ਕਰਵਾਉਣਾ, ਉਹ ਵੀ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਉਹ ਵੀ ਇਨਸਾਨ ਨੇ ਆਖਰ, ਉਹ ਸੁਧਾਰ ਘਰ ਲਿਖਿਆ ਤਾਂ ਸੁਧਾਰ ਘਰ ਵਾਲੇ ਕੰਮ ਹੋਣੇ ਚਾਹੀਦੇ ਉੱਥੇ, ਔਰ ਉਸ ਤੋਂ ਬਾਅਦ ਉਹ ਬਾਹਰ ਆ ਕੇ ਜੇ 20 ਸਾਲ ਕੋਈ ਕੱਟ ਕੇ ਆਉਂਦਾ, ਇਸ ਚੀਜ਼ ਦਾ ਵੀ ਧਿਆਨ ਜਿਹੜਾ ਉਹ ਸਰਕਾਰ ਦੀ ਤਰਫੋਂ ਦਿੱਤਾ ਜਾਵੇ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਸੈਟਲ ਕਰੇ, ਨਹੀਂ ਤਾਂ ਫਿਰ ਹੋਰ ਕ੍ਰਾਈਮ ਕਰੇਗਾ ਔਰ ਸਮਾਜ ਤੇ ਇੱਕ ਬੋਝ ਬਣ ਜਾਏਗਾ, ਤੇ ਇਸ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਅੰਦਰ ਕੋਈ ਐਸਾ ਕੰਮਕਾਰ ਵੀ ਸਿਖਾਇਆ ਜਾਵੇ ਜਿਹੜਾ ਬਾਹਰ ਵੀ ਆ ਕੇ ਉਹ ਕਰ ਸਕੇ, ਕਿਉਂਕਿ 20 ਸਾਲ ਦਾ ਬਹੁਤ ਲੰਬਾ ਸਮਾਂ ਹੁੰਦਾ। ਬਿਲਕੁਲ, ਤੇ ਉਹਦੇ ਲਈ ਹਰ ਬੰਦੀ ਦੇ ਲਈ ਅਲੱਗ ਅਲੱਗ ਯੋਜਨਾ ਬਣੇ, ਤੇ ਉਹ ਸਰਕਾਰ ਜਿਹੜਾ ਜਿਹੜੀ ਆ ਉਹਨਾਂ ਦੀ ਵੈਲਫੇਅਰ ਦੇ ਲਈ ਸੁਧਾਰ ਕਰਦੇ ਹਿਸਾਬ ਨਾਲ ਉਸ ਨੂੰ ਚਲਾਵੇ। ਇਹ ਤਾਂ ਇੱਕ ਟਾਈਮ ਪਾਸ ਕਰਨ ਵਾਲਾ ਕੰਮ ਆ ਕਿ ਕੋਈ ਸੜ ਰਿਹਾ ਕਿਤੇ ਸੜਦਾ ਰਹੇ, ਜੋ ਕੋਈ ਉੱਥੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਖਾਣਾ ਦਿੰਦੇ ਆ ਉਹਦੇ ਚੋਂ ਪੈਸੇ ਖਾ ਜਾਂਦੇ ਆ, ਮੈਡੀਸਨ ਜਿਹੜੀ ਆ ਉਹ ਵੇਚੀ ਜਾਂਦੀ ਆ, ਉਹਦੇ ਚੋਂ ਅੱਧੀ ਸਪਲਾਈ ਲਈ ਜਾਂਦੀ ਆ, ਤੇ ਹੋਰ ਬਹੁਤ ਸਾਰਾ ਸਮਾਨ ਜਿਹੜਾ ਉਹ ਸਪਲਾਈ ਅੱਧੀ ਲਈ ਜਾਂਦੀ ਹੈ ਜੀ ਜੇਲ੍ਹਾਂ ਦੀ। ਇਹ ਇਹ ਮੈਂ ਤੁਹਾਨੂੰ ਸਹੀ ਗੱਲ ਦੱਸ ਰਿਹਾ, ਹਾਈ ਲੈਵਲ ਕਰਪਸ਼ਨ ਜਿਹੜੀ ਹੈ ਰੁਕਣੀ ਚਾਹੀਦੀ, ਇਹ ਰੁਕਣੀ ਚਾਹੀਦੀ ਹੈ, ਤੇ ਉਹ ਹੀ ਨਹੀਂ ਜਦੋਂ ਰੁਕਦੀ ਹੈਗੀ ਤਾਂ ਇਹਦੇ ਚ ਸੁਧਾਰ ਕਿੱਦਾਂ ਹੋਏਗਾ? ਸੁਧਾਰ ਕਰਨਾ ਪਏਗਾ, ਠੀਕ ਹੈ, ਇਸ ਦਿਸ਼ਾ ਚ ਵਧਣਾ ਪਏਗਾ, ਵਧਣਾ ਪਏਗਾ। ਕੀ ਲੱਗਦਾ ਕਲੀਅਰ ਸਾਹਿਬ? ਨਵਨੀਤ ਜੀ, ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿ ਇਹ ਚੀਜ਼ਾਂ ਤਾਂ ਹੀ ਠੀਕ ਹੋ ਸਕਦੀਆਂ ਨੇ ਅਗਰ ਤੁਸੀਂ ਕੈਦੀਆਂ ਨੂੰ ਸਪੋਰਟਸ, ਕੋਈ ਸਕਿੱਲਫੁਲ ਟ੍ਰੇਨਿੰਗ, ਉਹਨਾਂ ਦੇ ਕੋਈ ਸੋਸ਼ਲ ਫੰਕਸ਼ਨਸ ਅੰਦਰ ਹੀ, ਚਾਹੇ ਜੇਲ੍ਹ ਦੇ ਅੰਦਰ ਹੀ ਹੋਣ, ਜਿਵੇਂ ਸ਼ਸ਼ੀਕਾਂਤ ਜੀ ਨੇ ਵੀ ਕਿਹਾ ਕਿ ਇੰਟਰੈਕਸ਼ਨਸ ਉਹਨਾਂ ਦੀ ਬਾਹਰ ਬੁੱਧੀਜੀਵੀਆਂ ਨਾਲ ਇੰਟਰੈਕਸ਼ਨਸ ਹੋਣੀਆਂ ਚਾਹੀਦੀਆਂ ਨੇ। ਦੂਸਰੀ ਗੱਲ, ਇਹ ਤਾਂ ਹੋ ਗਈ ਕੈਦੀਆਂ ਦੇ ਲੈਵਲ ਦੀ ਗੱਲ, ਫਿਰ ਬਿਊਰੋਕਰੈਟਸ ਜਿਹੜੇ ਉੱਥੇ ਆਫਿਸਰਸ ਬੈਠੇ ਨੇ ਉਹਨਾਂ ਦੇ ਵੀ ਟ੍ਰੇਨਿੰਗ ਕੈਂਪਸ ਹੋਣੇ ਚਾਹੀਦੇ ਨੇ, ਔਰ ਮੈਨੂੰ ਨਹੀਂ ਲੱਗਦਾ ਕਿ ਇੱਕ ਜੇਲ੍ਹ 'ਚ ਇੱਕ ਆਫਿਸਰ ਨੂੰ ਬਹੁਤ ਲੰਬਾ ਸਮਾਂ ਤੈਨਾਤੀ ਵੀ ਨਹੀਂ ਹੋਣੀ ਚਾਹੀਦੀ, ਸ਼ਾਇਦ ਉਹ ਵੀ ਉਹਨਾਂ ਦੀਆਂ ਵੀ ਰੈਗੂਲਰ ਬੇਸਿਸ ਤੇ ਟ੍ਰਾਂਸਫਰਸ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ। ਤੀਜਾ, ਫਿਰ ਦੁਬਾਰਾ ਗੱਲ ਉੱਥੇ ਆਉਂਦੀ ਹੈ ਕਿ ਸਰਕਾਰ 'ਚ ਵੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਕ੍ਰਾਈਮ ਅਗਰ ਜੇਲ੍ਹ ਦੇ ਅੰਦਰ ਹੈ, ਕੋਈ ਵੀ ਸੁਧਾਰ ਹੈ, ਉਹ ਬਿਨਾਂ ਇੱਛਾ ਸ਼ਕਤੀ ਤੋਂ ਨਹੀਂ ਆ ਸਕਦਾ। ਸੋ ਸਾਰਿਆਂ ਨੂੰ ਮਿਲ ਕੇ, ਵਿੱਚ ਹੀ ਜੁਡੀਸ਼ਰੀ, ਵਿੱਚ ਹੀ ਸਰਕਾਰ, ਵਿੱਚ ਹੀ ਬਿਊਰੋਕਰੈਟਸ, ਇਹ ਤਿੰਨਾਂ ਨੂੰ ਆਪਣੀ ਜ਼ਿੰਮੇਵਾਰੀਆਂ ਫਿਕਸ ਕਰਦੇ ਹੋਏ ਕੈਦੀਆਂ ਦੀ ਭਲਾਈ ਲਈ, ਸੋਸ਼ਲ ਵੈਲਫੇਅਰ ਲਈ, ਔਰ ਇਹ ਦੇਖ ਕੇ ਕਿ ਇਹ ਉਹਨਾਂ ਨੂੰ ਇੱਕ ਬਿਮਾਰ ਦੀ ਤਰ੍ਹਾਂ ਲਿਆ ਜਾਵੇ ਕਿ ਉਹਨੂੰ ਠੀਕ ਕਰਕੇ ਹੀ ਬਾਹਰ ਭੇਜਣਾ। ਸੋ ਇਸ ਦਿਸ਼ਾ 'ਚ ਕਦਮ ਅੱਗੇ ਚੱਕ, ਸੁਧਾਰਗ੍ਰਹਿ ਨੂੰ ਸੁਧਾਰਗਾਰ ਹੀ ਮੰਨਿਆ ਜਾਵੇ ਤਾਂ ਜੋ ਬੰਦਾ ਜਦੋਂ ਬਾਹਰ ਨਿਕਲੇ ਤਾਂ ਇੱਕ ਨਵੀਂ ਜ਼ਿੰਦਗੀ ਦੇ ਨਾਲ ਨਿਕਲੇ। ਪਰ ਸਵਾਲ ਵੱਡਾ ਹੈ ਕਿ ਜਦੋਂ ਸਵਾਲਾਂ ਦੇ ਵਿੱਚ ਆਪ ਸਲਾਖਾਂ ਹੀ ਹੋਣਗੀਆਂ ਤੇ ਫਿਰ ਕਿਵੇਂ ਹੈ ਸਾਰਾ ਕੁਝ ਹੋਏਗਾ? ਕਲੇਸ਼ ਸਾਹਿਬ, ਗਰੇਵਾਲ ਸਾਹਿਬ, ਭੱਟੀ ਸਾਹਿਬ ਤੇ ਸ਼ਸ਼ੀਕਾਂਤ ਜੀ, ਸਾਰਿਆਂ ਦਾ ਧੰਨਵਾਦ ਇਸ ਚਰਚਾ ਜੁੜਨ ਦੇ ਲਈ। ਪਰ ਸਵਾਲ ਵੱਡੇ ਨੇ, ਸਵਾਲਾਂ ਦੇ ਜਵਾਬ ਲੈਣੇ ਹੁੰਦੇ ਨੇ, ਪਰ ਜਦੋਂ ਸਰਕਾਰ ਦੇ ਨੁਮਾਇੰਦੇ ਨਾ ਹੋਣ ਤੇ ਫਿਰ ਜਵਾਬ ਕਿਵੇਂ ਮਿਲੇਗਾ? ਪਰ ਚਰਚਾ ਕਰਨੀ ਜ਼ਰੂਰੀ ਹੈ ਕਿਉਂਕਿ ਅਲਟੀਮੇਟਲੀ ਇੱਕ ਸਿਸਟਮ ਦੇ ਵਿੱਚ ਅਸੀਂ ਰਹਿ ਰਹੇ ਹਾਂ ਔਰ ਸਿਸਟਮ ਜੇ ਖਰਾਬ ਹੋਏਗਾ ਤੇ ਚਰਚਾ ਹੋਏਗੀ, ਸਵਾਲ ਉੱਠਣਗੇ। ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ। ਖਬਰ ਜੋ ਹੈ ਤੁਹਾਡੇ ਆਸ ਪਾਸ, ਖਬਰ ਜਿਸਦਾ ਹੈ ਤੁਹਾਡੇ ਨਾਲ ਸਰੋਕਾਰ, ਖਬਰ ਜਿਸ ਨੂੰ ਸੁਣਦੀ